ਕੇ ਹਾਜ਼ਰ ਹੋ ਚੁੱਕੇ ਹਾਂ ਅਤੇ ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਰ ਸਟੂਡੀਓਜ਼ ਤੋਂ ਪੰਜਾਬ ਭਾਰਤ ਦੀਆਂ ਅਹਿਮ ਖਬਰਾਂ ਦੇ ਉੱਤੇ ਆਪਾਂ ਨਜ਼ਰ ਬਣਾਵਾਂਗੇ। ਮਿੰਟੂ ਜੀ, ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 4820072500 ਦੇ ਉੱਤੇ। ਇਸ ਦੇ ਨਾਲ ਨਾਲ ਕ੍ਰਿਸ਼ਨ ਤੁਹਾਨੂੰ ਤਾਜੀ ਯੂਬਾ ਸਿਟੀ ਤੋਂ, ਬਚਿੱਤਰ ਸਿੰਘ ਚਾਹਲ ਫਰੈਜ਼ਨੋ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤਖਰ ਮੰਡੈਸਟੋ ਤੋਂ, ਜਸਪਾਲ ਸਿੰਘ ਜੀ ਸੈਕਰਾਮੈਂਟੋ ਤੋਂ, ਪ੍ਰਿਤਪਾਲ ਸਿੰਘ ਜੀ ਟਰਲਕ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਪ੍ਰਿੰਸੀਪਲ ਅਵਤਾਰ ਸਿੰਘ ਪੰਨੂ ਬੇਕਰਸਫੀਲਡ ਤੋਂ, ਸਟੋਨ ਸਰਕਲ ਪਾਰਕ ਵਾਲੇ ਸਾਰੇ ਹੀ ਸੀਨੀਅਰਸ ਬੇਕਰਸਫੀਲਡ ਤੋਂ, ਜੀ ਐਨ ਟਾਇਰ ਐਂਡ ਲਿਊਬ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼ ਕਰਵਾ ਸਕਦੇ ਹੋ, ਆਇਲ ਚੇਂਜ ਦਾ ਕੰਮ ਕਰਦੇ ਹਨ, ਏਅਰ ਬ੍ਰੇਕਾਂ ਦਾ ਕੰਮ ਕਰਦੇ ਹਨ, ਟਰੱਕ ਟ੍ਰੇਲਰ ਦਾ ਕੋਈ ਵੀ ਕੰਮ ਹੋਵੇ ਤਾਂ ਹਮੇਸ਼ਾ ਇਹਨਾਂ ਨੂੰ ਯਾਦ ਰੱਖੋ। ਨਵੇਂ ਪੁਰਾਣੇ ਟਾਇਰਸ ਟਰੱਕਾਂ ਟ੍ਰੇਲਰਾਂ ਦੇ ਤੁਸੀਂ ਇਹਨਾਂ ਤੋਂ ਬੜੇ ਵਾਜਿਬ ਕੀਮਤਾਂ ਦੇ ਖਰੀਦ ਸਕਦੇ ਹੋ। ਦੋ ਲੋਕੇਸ਼ਨਸ ਹਨ ਇਹਨਾਂ ਦੀਆਂ, ਸੈਂਟਾਨੈਲਾ ਵਿੱਚ ਅਤੇ ਮਡੇਰਾ ਦੇ ਵਿੱਚ। ਹੋਰ ਜਾਣਕਾਰੀ ਲਈ ਕਾਲ ਕਰੋ ਨਿੰਮਾ ਸਹੋਤਾ ਹੋਣਾ ਨੂੰ ਨੰਬਰ 209-277-1013 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਕਹਿੰਦੇ ਮੋਦੀ ਸਰਕਾਰ ਨੇ ਆਪਣਾ ਆਖਰੀ ਪੂਰਨ ਬਜਟ ਪੇਸ਼ ਕੀਤਾ। ਬਿਲਕੁਲ, ਇਹ ਇਹਨਾਂ ਦਾ ਪੂਰਨ ਤੌਰ ਤੇ ਆਖਰੀ ਬਜਟ ਆ, ਕਿਉਂਕਿ ਦੋ ਤਰ੍ਹਾਂ ਦੇ ਬਜਟ ਹੁੰਦੇ ਆ, ਇੱਕ ਅੰਤਰਿਮ ਬਜਟ ਕਹਿ ਦਿੰਦੇ ਆ ਜਿਹਨੂੰ, ਅਧੂਰਾ ਬਜਟ, ਔਰ ਇੱਕ ਹੁੰਦਾ ਜਿਹੜਾ ਸੰਪੂਰਨ ਬਜਟ, ਪੂਰਾ ਬਜਟ। ਤਾਂ ਜਦੋਂ ਇਹ ਆਪਣਾ ਅਗਲਾ ਬਜਟ ਇਹਨਾਂ ਦਿਨਾਂ ਚ ਪੇਸ਼ ਕਰਨਗੇ ਤਾਂ ਉਹ ਮੇਰੇ ਖਿਆਲ ਦੇ ਨਾਲ ਉਦੋਂ ਹੋਏਗਾ ਜਦੋਂ ਅੰਤਰਿਮ ਬਜਟ ਹੋਏਗਾ। ਤਾਂ ਜਦੋਂ ਉਹਨੂੰ ਪੂਰੇ ਦੀ ਵਾਰੀ ਆਉਣੀ, ਉਦੋਂ ਤੱਕ ਨੂੰ ਸਰਕਾਰ ਜਿਹੜੀ ਹੈ ਉਹ ਇੱਕ ਵਾਰੀ ਤਬਦੀਲ ਹੋ ਚੁੱਕੀ ਹੋਏਗੀ, ਚਾਹੇ ਇਹਨਾਂ ਦੀ ਬਣੇ ਚਾਹੇ ਉਹਨਾਂ ਦੀ ਬਣੇ। ਖੈਰ, ਇਸ ਬਜਟ ਦੇ ਵਿੱਚ ਬਹੁਤ ਕੁਛ ਆ ਜਿਹੜਾ ਵਿਚਾਰਿਆ ਜਾ ਸਕਦਾ, ਪਰ ਮੋਟੀਆਂ ਮੋਟੀਆਂ ਸ਼ੈਆਂ ਇਹੋ ਹੀ ਆ ਕਿ ਜਿਹੜੀਆਂ ਚੀਜ਼ਾਂ ਮਹਿੰਗੀਆਂ ਹੋਈਆਂ, ਆਮ ਤੌਰ ਤੇ ਅਸੀਂ ਪਹਿਲਾਂ ਇਹੋ ਹੀ ਪੁੱਛਦੇ ਹਾਂ ਮਹਿੰਗਾ ਕੀ ਕੁਛ ਹੋਇਆ ਜੀ। ਮਹਿੰਗਾ ਟੈਲੀਵਿਜ਼ਨ ਹੋ ਗਿਆ, ਮੋਬਾਈਲ ਹੋ ਗਿਆ, ਫਿਰ ਜਿਹੜੇ ਬਾਹਰੋਂ ਇੰਪੋਰਟ ਕੀਤੇ ਮੋਬਾਈਲ ਹੁੰਦੇ ਆ ਉਹ, ਲੈਪਟਾਪ, ਉਹ ਵੀ ਮਹਿੰਗੇ ਹੋ ਗਏ, ਇਲੈਕਟ੍ਰੋਨਿਕਸ ਦੇ ਹੋਰ ਜਿਹੜੇ ਫੂਡ ਪ੍ਰੋਸੈਸਰ ਵਗੈਰਾ ਹੁੰਦੇ ਆ ਉਹਨਾਂ ਤੇ ਵੀ ਐਕਸਾਈਜ਼ ਡਿਊਟੀ ਵਧਾ ਦਿੱਤੀ ਆ। ਫਿਰ ਇਹ ਤੋਂ ਇਲਾਵਾ 31 ਜਨਵਰੀ 2018 ਤੋਂ ਬਾਅਦ ਜਿਹੜਾ ਸ਼ੇਅਰ ਖਰੀਦਿਆ ਜਾਊਗਾ ਤਾਂ ਉਹਦੇ ਵਿੱਚ ਜੇ ਕੋਈ ਮਿੱਥੇ ਹੱਦ ਤੋਂ ਜ਼ਿਆਦਾ ਮੁਨਾਫ਼ਾ ਖੱਟੂਗਾ ਤੇ ਉਹਦਾ ਟੈਕਸ ਲਾਇਆ ਜਾਊਗਾ। ਫਿਰ ਮੈਡੀਕਲ ਬਿੱਲ ਤੇ ਜਿਹੜੀ 15,000 ਦੀ ਛੂਟ ਮਿਲਦੀ ਸੀ ਉਹ ਬੰਦ ਕੀਤੀ ਗਈ ਆ। ਇਸ ਤੋਂ ਇਲਾਵਾ LCD, LED ਇਹ ਸਭ ਕੁਛ ਮਹਿੰਗੇ, ਇਹਨਾਂ ਦੇ ਪਾਰਟਸ ਵੀ ਮਹਿੰਗੇ ਹੋ ਗਏ, ਕਾਰਾਂ ਮਹਿੰਗੀਆਂ, ਮੋਟਰਸਾਈਕਲ ਮਹਿੰਗੇ, ਫਰੂਟ ਜੂਸ ਮਹਿੰਗਾ, ਪਰਫਿਊਮ ਮਹਿੰਗਾ, ਚੱਪਲ ਜੁੱਤੀਆਂ ਇਹ ਵੀ ਮਹਿੰਗੇ, ਚਾਂਦੀ ਸੋਨਾ ਇਹ ਵੈਸੇ ਬੀਬੀਆਂ ਲਈ ਝਟਕਾ, ਚਾਂਦੀ ਸੋਨਾ ਵੀ ਮਹਿੰਗਾ ਹੋ ਗਿਆ, ਸਬਜ਼ੀਆਂ ਇਹ ਵੀ ਆਮ ਬੰਦੇ ਤੇ ਮਾਰ ਕਰਨ ਵਾਲੀਆਂ ਸਬਜ਼ੀਆਂ ਮਹਿੰਗੀਆਂ ਹੋ ਗਈਆਂ, ਸਨਸਕ੍ਰੀਨ ਇਹ ਚੀਜ਼ ਮਹਿੰਗੀ ਹੋ ਗਈ, ਹੋਰ ਸਨਟੈਨ, ਮੈਨੀਕਿਓਰ, ਪੈਡੀਕਿਓਰ ਦਾ ਸਮਾਨ, ਡੈਂਚਰ, ਫਿਕਸਡ ਪੇਸਟ, ਪਾਊਡਰ, ਡੈਂਟਲ ਕਲਾਸ, ਸ਼ੇਵਿੰਗ ਤੋਂ ਪਹਿਲਾਂ ਦਾ ਬਾਅਦ ਦਾ ਇਸਤੇਮਾਲ ਕੀਤਾ ਜਾਣ ਵਾਲਾ ਸਮਾਨ, ਟੋਇਲਟ ਸਪਰੇ, ਟਰੱਕ ਅਤੇ ਬੱਸਾਂ ਦੇ ਰੇਡੀਅਲ ਟਾਇਰ, ਰੇਸ਼ਮੀ ਕੱਪੜੇ, ਹੀਰੇ, ਫਿਰ ਇਸ ਤੋਂ ਇਲਾਵਾ ਜਿਹੜੇ ਆਰਟੀਫਿਸ਼ਲ ਗਹਿਣੇ ਹੁੰਦੇ ਆ, ਫਿਰ ਘੜੀਆਂ, ਫਰਨੀਚਰ, ਗੱਦੇ, ਲੈਂਪ, ਹੱਥਾਂ ਤੇ ਬੰਨਣ ਵਾਲੀਆਂ ਛੋਟੀਆਂ ਘੜੀਆਂ, ਫਿਰ ਜਿਹੜੀਆਂ ਪਾਕਟ ਵਾਚ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ ਉਹ ਸਾਰੀਆਂ ਮਹਿੰਗੀਆਂ, ਟ੍ਰਾਈਸਾਈਕਲ, ਸਕੂਟਰ, ਪੈਡਲ ਕਾਰ, ਪਹੀਏ ਵਾਲੇ ਖਲਾਉਣੇ, ਇਹ ਸਭ ਕੁਛ ਮਹਿੰਗਾ ਹੋ ਗਿਆ। ਸਿਗਰਟ ਤੇ ਲਾਈਟਰ ਤੇ ਗਿਣੀ ਲਿਆ ਕਰੋ, ਨੇ ਜਦੋਂ ਬਜਟ ਪੇਸ਼ ਹੋਵੇ ਸਿਗਰਟ ਔਰ ਲਾਈਟਰ ਇਹ ਮਹਿੰਗੇ ਹੋਣੇ ਹੁੰਦੇ ਆ। ਖੈਰ, ਤੁਸੀਂ ਆਪ ਹੀ ਦੇਖ ਲਓ ਕਿ ਮਹਿੰਗਾ ਕੀ ਕੁਛ ਹੋਇਆ। ਸ਼ੇਵਿੰਗ ਦਾ ਸਮਾਨ ਉੱਥੋਂ ਲੈ ਕੇ, ਯਾਨੀ ਮੂੰਹ ਤੋਂ ਲੈ ਕੇ ਚੱਪਲਾਂ ਤੱਕ, ਸਿਰ ਤੋਂ ਲੈ ਕੇ ਚੱਪਲਾਂ ਤੱਕ, ਪੈਰਾਂ ਤੱਕ ਦਾ ਜੋ ਸਮਾਨ ਹੈ ਸਾਰਾ ਮਹਿੰਗੇ ਦਾ ਮਹਿੰਗਾ ਹੀ ਹੈ। ਆਮ ਘਰਾਂ ਦੇ ਵਿੱਚ ਜੋ ਚੀਜ਼ਾਂ ਸਧਾਰਨ ਵਿਅਕਤੀ ਜਾਂ ਆਮ ਵਰਗ ਵਰਤਦਾ ਉਹ ਸਾਰੀਆਂ ਮਹਿੰਗੀਆਂ ਹੋਈਆਂ। ਤੇ ਸਸਤਾ ਕੀ ਹੋਇਆ? ਉਹ ਜਿਹੜਾ ਸਾਡੀ ਪਹੁੰਚ ਤੋਂ ਹਮੇਸ਼ਾ ਦੂਰ ਰਹਿੰਦਾ, ਲਿਕੁਇਡ ਪੈਟਰੋਲੀਅਮ ਗੈਸ, ਉਹ ਸਸਤੀ ਹੋ ਗਈ। ਪ੍ਰੀਪੇਡ ਲੈਦਰ, ਸਿਲਵਰ ਫੋਇਲ, POC ਮਸ਼ੀਨਾਂ, ਫਿੰਗਰ ਸਕੈਨਰ, ਮਾਈਕਰੋ ATM, ਆਈਰਿਸ ਸਕੈਨਰ, ਸੂਰਜੀ ਵੈਂਟਰੀ, ਦੇਸ਼ ਦੇ ਵਿੱਚ ਤਿਆਰ ਕੀਤੇ ਹੀਰੇ ਤੁਹਾਨੂੰ ਪਤਾ ਹੀ ਹੈ ਵੱਡੇ ਲੋਕਾਂ ਦੀ ਖੇਡ ਆ, ਇਹ ਟਿਕਟ ਤੇ ਸਾਰਾ ਟੈਕਸ ਘਟਾ ਦਿੱਤਾ ਗਿਆ। ਫਿਰ ਆ ਜਿਹੜੇ ਛਿਲਕੇ ਤੋਂ ਬਗੈਰ ਛਿੱਲਾਂ ਵਾਲੇ ਕਾਜੂ ਹੁੰਦੇ ਇਹ ਸਸਤੇ ਕਰ ਦਿੱਤੇ, ਇਹ ਵੀ ਅਮੀਰਾਂ ਦਾ ਖਾਣਾ। ਫਿਰ ਜਿਹੜੇ ਕੰਕਲੀਅਰ ਇੰਪਲਾਂਟ ਹੁੰਦੇ ਆ
ਇਹ ਸਸਤੇ ਕੀਤੇ ਗਏ ਥੋੜੇ। ਸੋ ਆਮ ਬੰਦੇ ਦੀ ਵਰਤੋਂ ਦੇ ਵਿੱਚ ਆਉਣ ਵਾਲੀਆਂ ਚੀਜ਼ਾਂ ਜਿਹੜੀਆਂ ਬਹੁਤ ਘੱਟ ਸਸਤੀਆਂ ਹੋਈਆਂ, ਬਹੁਤੀਆਂ ਮਹਿੰਗੀਆਂ ਹੋਈਆਂ। ਜੇ ਆਪਾਂ ਦੂਜੇ ਪਾਸੇ ਚੱਲੀਏ, ਇਨਕਮ ਟੈਕਸ ਤੇ ਥੋੜੀ ਜਿਹੀ ਉਮੀਦ ਸੀਗੀ ਕਿ ਇਨਕਮ ਟੈਕਸ ਵਾਲੇ ਪਾਸੇ ਛੂਟ ਦੇਣਗੇ, ਪਰ ਇਹਦੇ ਚ ਵੀ ਹੁਣ ਦੇਖੋ ਇਹਨਾਂ ਨੇ ਕੀ ਕੀਤਾ ਕਿ 2.5 ਲੱਖ ਆਮਦਨ ਤੇ ਨਾ ਕੋਈ ਪਹਿਲਾਂ ਟੈਕਸ ਸੀਗਾ, ਨਾ ਹੁਣ ਇਹਨਾਂ ਨੇ ਲਾਇਆ, ਜਿੰਨੀ ਜਿਉਂਦਾ ਤਿਉਂ। 3 ਲੱਖ ਤੇ ਵੀ ਨਾ ਕੋਈ ਪਹਿਲਾਂ ਟੈਕਸ ਸੀਗਾ, ਨਾ ਹੁਣ ਲੱਗੇਗਾ। 4 ਲੱਖ ਤੇ ਹੁਣ ਅੱਗੇ 7725 ਦੀ ਥਾਂ ਤੇ 5720 ਰੁਪਏ ਟੈਕਸ ਲੱਗੇਗਾ, ਯਾਨੀ ਥੋੜੀ ਜਿਹੀ ਰਹਿ ਪਿਆ। 5 ਲੱਖ ਤੇ ਹੁਣ 12875 ਦੀ ਥਾਂ ਤੇ 10920 ਟੈਕਸ ਲੱਗੂਗਾ। 6 ਲੱਖ ਤੇ ਹੁਣ 33475 ਰੁਪਏ ਦੀ ਥਾਂ ਤੇ 25480 ਰੁਪਏ ਟੈਕਸ ਲੱਗੂਗਾ। 7 ਲੱਖ ਦੀ ਕਮਾਈ ਤੇ 54075 ਟੈਕਸ ਦੀ ਥਾਂ ਤੇ 46280 ਰੁਪਏ ਟੈਕਸ ਲੱਗੂਗਾ। ਇਹਦੇ ਚ ਵੀ ਹੁਣ ਦੇਖੋ, ਜਿਹਦੀ ਘੱਟ ਕਮਾਈ ਹੈ ਉਹਨੂੰ ਘੱਟ ਰਹਿ ਤਿਆ, ਜਿੰਨਾ ਵੱਡਾ ਅਮੀਰ ਆ, ਜਿੰਨੀ ਵੱਡੀ ਆਮਦਨ ਹੋਈ ਜਾਂਦੀ ਹੈ ਉਨੀ ਰਹਿਤ ਉਹਦੀ ਵਧੀ ਜਾਂਦੀ ਹੈ। ਸੋ ਇਹ ਇੱਕ ਇਨਕਮ ਟੈਕਸ ਵਾਲੀ ਜਿਹੜੀ ਸਲੈਬ ਦੀ ਉਹ ਵੀ ਕਹਾਣੀ ਹੈ ਜਿਹੜੀ ਉਹ ਦਿਲ ਚੁਕਿਆ। ਦੂਜੇ ਪਾਸੇ ਆਪਾਂ ਜੇ ਗੱਲ ਕਰੀਏ, ਖਾਸ ਤੌਰ ਤੇ ਇੱਕ ਇਹਨਾਂ ਨੇ ਨਵੀਂ ਪਾਲਿਸੀ ਲਿਆਂਦੀ ਹੈ ਕਿ ਅਸੀਂ ਇੰਸ਼ੋਰੈਂਸ ਪ੍ਰੀਮੀਅਮ ਦੇਵਾਂਗੇ ਆਪਣੇ ਵੱਲੋਂ ਗਰੀਬ ਪਰਿਵਾਰਾਂ ਦਾ, 5 ਲੱਖ ਦਾ ਹੈਲਥ ਇੰਸ਼ੋਰੈਂਸ ਹੋਏਗਾ। ਉਹਦੇ ਵਿੱਚ ਵੀ ਬਹੁਤ ਲਾਰਜ ਸਕੇਲ ਤੇ ਰਕਮ ਚਾਹੀਦੀ ਆ ਰਾਜਕਰਨਜੀਤ ਸਿੰਘ ਜੀ। ਔਰ ਇਹ ਇੰਡੀਆ ਦੇ ਵਿੱਚ ਤੇ ਤੁਹਾਨੂੰ ਪਤਾ ਕਿ ਫਰੋਡ ਸ਼ਰੋਡ ਜ਼ਿਆਦਾ ਹੁੰਦੇ ਆ, ਤਾਂ ਇਹ ਸਕੀਮ ਲਈ ਪੈਸਾ ਹਰੇਕ ਸਾਲ ਵੱਧਦਾ ਜਾਏਗਾ। ਕਿੱਥੋਂ ਪੈਸਾ ਆਏਗਾ ਇਹਦਾ ਕੋਈ ਜਵਾਬ ਨਹੀਂ ਹੈ। ਇਹ ਸਭ ਚੀਜ਼ਾਂ ਹਾਲੇ ਮੇਰੇ ਖਿਆਲ ਦੇ ਨਾਲ ਤਜਵੀਜ਼ੀ ਨੇ, ਬਜਟ ਇਹਨਾਂ ਨੇ ਅਲੋਟ ਨਹੀਂ ਕੀਤਾ, ਦੱਸਿਆ ਨਹੀਂ ਗਾ ਕਿੰਨੀ ਰਕਮ ਹੈ। ਇਹਦਾ ਮਤਲਬ ਕਿ ਪ੍ਰਪੋਜ਼ਲ ਚ ਪਈਆਂ ਚੀਜ਼ਾਂ, ਕਿਉਂਕਿ ਲੱਛੇਦਾਰ ਜੁਮਲੇਬਾਜ਼ੀ ਹੁੰਦੀ ਹੈ, ਬਹੁਤ ਸਾਰਾ ਬਜਟ ਹੁੰਦਾ ਨਾ ਜਿਹੜਾ ਉਲਝਾ ਲੈਂਦਾ ਜਨਤਾ ਨੂੰ। ਸੋ ਇਹ ਇੱਕ ਪ੍ਰਪੋਜ਼ਲ ਹੈ, ਇਹਨੂੰ ਦੇਖਦੇ ਹੁਣ ਕਿੰਨੀ ਰਕਮ ਰੱਖ ਕੇ ਇਹ ਅੱਗੇ ਤੋਰਦੇ ਆ। ਪਰ ਸਭ ਤੋਂ ਵੱਡਾ ਸਵਾਲ ਹੈ ਕਿ ਏਡੀ ਵੱਡੀ ਰਕਮ ਕਿੱਥੋਂ ਆਏਗੀ, ਕਿਉਂਕਿ ਦੇਸ਼ ਦੇ ਵਿੱਚ ਕਰੋੜਾਂ ਲੋਕ ਗਰੀਬ ਆ, ਔਰ ਹਰੇਕ ਸਾਲ ਇਹ ਰਕਮ ਵਧਾਉਣੀ ਪਊਗੀ। ਇੱਥੇ ਅਮਰੀਕਾ ਵਰਗੇ, ਕੈਨੇਡਾ ਵਰਗੇ ਦੇਸ਼ ਹੈ ਜਿਹੜੇ ਉਹ ਜੀਭ ਬਾਹਰ ਕੱਢੀ ਖਲੋਤੇ ਆ ਸਿਹਤ ਮਾਮਲਿਆਂ ਦੇ ਵਿੱਚ, ਖਾਸ ਕਰਕੇ ਜਿਹੜੀ ਉਹਨਾਂ ਨੂੰ ਹੈਲਥ ਸਰਵਿਸ ਦੇਣੀ ਪੈਂਦੀ ਹੈ। ਬਿਲਕੁਲ। ਦੂਜੀ ਚੀਜ਼ ਕਿਸਾਨਾਂ ਵਾਲੀ, ਜਿਹੜੀ ਕਿ ਮਹੱਤਵਪੂਰਨ ਹੈ, ਪਰ ਉਹ ਤੋਂ ਪਹਿਲਾਂ ਆਪਾਂ ਜੇ ਖੁਸ਼ਖਬਰੀ ਦੇ ਦਈਏ ਗਵਰਨਰਾਂ ਤੇ ਰਾਸ਼ਟਰਪਤੀਆਂ ਨੂੰ, ਉਹ ਚੰਗੀ ਹੈ। ਰਾਸ਼ਟਰਪਤੀ ਤੇ ਵੈਸੇ ਕੀ ਹੈ, ਗਵਰਨਰਾਂ ਨੂੰ ਦੇ ਦਈਏ, ਕਿਉਂਕਿ ਇਹਨਾਂ ਦੀ ਤਨਖਾਹ ਵਧਾ ਦਿੱਤੀ ਗਈ ਹੈ। ਰਾਸ਼ਟਰਪਤੀ ਦੀ ਤਨਖਾਹ 5 ਲੱਖ ਰੁਪਈਏ ਕਰ ਦਿੱਤੀ ਗਈ ਹੈ। ਮੇਰੇ ਖਿਆਲ ਦੇ ਨਾਲ ਪਿੱਛੇ ਜਿਹਨੇ ਐਤਵਾਰ ਜਿਹੜਾ ਕੰਮ ਕੀਤਾ ਸੀਗਾ ਨਾ ਆਮ ਆਦਮੀ ਪਾਰਟੀ ਵਾਲਾ, ਉਹਦਾ ਮੈਨੂੰ ਲੱਗਦਾ ਤੋਹਫਾ ਮਿਲਿਆ। ਇਸ ਤੋਂ ਇਲਾਵਾ ਜਿਹੜੇ ਉਪ ਰਾਸ਼ਟਰਪਤੀ ਉਹਨਾਂ ਦੀ 4 ਲੱਖ ਹੋ ਗਈ ਹੈ। ਸੂਬੇ ਦੇ ਜਿਹੜੇ ਰਾਜਪਾਲ ਹੁੰਦੇ ਆ ਉਹਨਾਂ ਦੀ 3 ਲੱਖ ਰੁਪਈਏ ਕਰ ਦਿੱਤੀ ਗਈ ਹੈ। ਸੋ ਇਧਰੋਂ ਗੱਫੇ ਫੁੱਲ ਕੀਤੇ ਗਏ। ਦੂਜੀ ਚੀਜ਼ ਜਿਹੜੀ ਕਿਸਾਨਾਂ ਵਾਲੀ ਹੈ, ਕਿਸਾਨਾਂ ਦਾ ਦੇਖੋ ਕੋਈ ਵੀ ਹੈ ਨੀ ਗਾ ਸੰਗੀ ਸਾਥੀ, ਕਿਸਾਨਾਂ ਦਾ ਕੋਈ ਵੀ ਖੈਰ ਖਵਾਹ ਨਹੀਂ ਹੈਗਾ, ਹਮਦਰਦ ਨਹੀਂ ਹੈਗਾ। ਇਸ ਸਰਕਾਰ ਨੇ ਵੀ ਦਿਖਾ ਦਿੱਤਾ ਕਿ ਡੁੱਬਦੇ ਕਿਸਾਨ ਲਈ ਇਹਨਾਂ ਦੇ ਕੋਲ ਹੱਥ ਵਧਾਉਣ ਦੀ ਨਾ ਤਾਕਤ ਹੈ ਤੇ ਨਾ ਨੀਤਿਆ। ਇਹਨਾਂ ਨੇ ਕੀ ਕੀਤਾ ਕਿ ਜੀ ਦੇਖੋ 11 ਲੱਖ ਕਰੋੜ ਰੁਪਏ ਦੇ ਅਸੀਂ ਕਿਸਾਨੀ ਕਰਜ਼ੇ ਵੰਡਾਂਗੇ, ਕਿਸਾਨਾਂ ਨੂੰ ਕਰਜ਼ੇ ਦਿੱਤੇ ਜਾਣਗੇ, ਨਾ ਕਿ ਕਰਜ਼ੇ ਮਾਫ਼ ਕੀਤੇ ਜਾਣਗੇ 11 ਲੱਖ ਕਰੋੜ ਰੁਪਏ ਦੇ। ਔਰ 10 ਲੱਖ ਕਰੋੜ ਰੁਪਏ ਦਾ ਪ੍ਰਬੰਧ ਮੇਰੇ ਖਿਆਲ ਦੇ ਨਾਲ ਪਿਛਲੇ ਸਾਲ ਵੀ ਹੈਗਾ ਸੀ, ਯਾਨੀ 1 ਲੱਖ ਕਰੋੜ ਰੁਪਇਆ ਵਧਾ ਦਿੱਤਾ ਗਿਆ। ਫਿਰ ਇਹ ਤੋਂ ਇਲਾਵਾ ਸਿੰਜਾਈ ਲਈ ਇਹਨਾਂ ਨੇ 2600 ਕਰੋੜ ਰੁਪਈਏ ਦਾ ਫੰਡ ਹੈ ਜਿਹੜਾ ਉਹ ਸੈਂਕਸ਼ਨ ਕੀਤਾ। ਤੀਜੀ ਚੀਜ਼ ਜਿਹੜੀ ਬੜੀ ਮਹੱਤਵਪੂਰਨ ਆ ਉਹ ਇਹ ਆ ਕਿ ਸਾਰੀਆਂ ਫਸਲਾਂ ਦਾ ਸਮਰਥਨ ਮੁੱਲ ਜਿਹੜਾ ਉਹ 1.5 ਗੁਣਾ ਕਰਨ ਦਾ ਐਲਾਨ ਕੀਤਾ ਇਹਨਾਂ ਨੇ, ਸੋਨੇ ਦੀਆਂ ਜਿਹੜੀਆਂ ਫਸਲਾਂ। ਹੁਣ ਇੱਥੇ ਆ ਕੇ ਕੁਛ ਮੇਰੇ ਸੱਜਣ ਜਿਹੜੇ ਆ ਬੜੇ ਖੁਸ਼ ਹੋ ਜਾਂਦੇ, ਪ੍ਰਸੰਨਚਿਤ ਹੋ ਜਾਂਦੇ ਆ, ਦਿਲੋਂ ਬਣ ਗਈ ਗੱਲ, MSP ਜਿਹੜਾ 1.5 ਗੁਣਾ ਵੱਧ ਗਿਆ। ਪਰ ਸਭ ਤੋਂ ਵੱਡੀ ਹੇਰਫੇਰ ਇੱਥੇ ਕੀਤੀ ਜਾਂਦੀ ਹੈ। ਹੁਣ ਦੇਖੋ ਇੱਕ ਤੇ ਜੁਮਲਾ ਉਹ ਦੇ ਗਏ ਆ ਕਿ 2022 ਤੱਕ ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਾਂਗੇ। 2022 ਕਿੱਧਰ, 2019 ਕਿੱਧਰ ਗਿਆ? 19 ਜਿੱਤੋਗੇ ਤੇ 2022 ਆਉਣਾ ਹੈ ਨਾ, ਤੁਸੀਂ ਗੋਲ ਪੋਸਟ ਹੀ ਸ਼ਿਫਟ ਕਰੀ ਜਾਂਦੇ ਹੋ। ਦੂਜੀ ਚੀਜ਼ ਕਿ ਦੇਖੋ ਸਮਰਥਨ ਮੁੱਲ ਦੀ ਕਹਾਣੀ ਇਹ ਹੈ ਰਾਜ ਕਰਮਵੀਰ ਸਿੰਘ ਜੀ ਕਿ ਪੂਰੇ ਦੇਸ਼ ਦਾ ਜਿਹੜਾ ਕਿਸਾਨ ਹੈ ਜਿਹਦੀ ਗਿਣਤੀ 50 ਕਰੋੜ ਦੇ ਕਰੀਬ ਆ, ਉਹਦੇ ਚੋਂ ਮਹਿਜ਼ 6% ਕਿਸਾਨਾਂ ਨੂੰ MSP ਮਿਲਦਾ ਹੈ। ਇਹ ਗੱਲ ਨੋਟ ਕਰਨ ਵਾਲੀ ਹੈ ਤੁਹਾਡੇ ਕਿ ਜਿੰਨੇ ਵੀ ਕੁੱਲ ਕਿਸਾਨ ਨੇ ਦੇਸ਼ ਦੇ, ਕਿੰਨਿਆਂ ਨੂੰ ਉਹਦਾ ਲਾਭ ਮਿਲਦਾ ਹੈ MSP ਦਾ? ਸਿਰਫ 6% ਨੂੰ, ਔਰ ਕਿਹੜੇ ਆ? ਪੰਜਾਬ ਤੇ ਹਰਿਆਣੇ ਵਾਲੇ। ਸਿਰਫ 6% ਕਿਸਾਨਾਂ ਨੂੰ ਉਹਦਾ ਕੀ ਲਾਭ ਹੈ? ਔਰ ਦੇਖੋ ਜਿਹੜੀ MSP ਤੈਅ ਕੀਤੀ ਜਾਂਦੀ ਹੈ ਉਹਦੇ ਚ ਲਾਗਤ ਚ ਵੀ ਹੇਰਾਫੇਰੀ ਕਰ ਲੈਂਦੇ, ਜਿਹੜਾ ਲਾਗਤ ਇਹਨਾਂ ਨੇ ਗਿੰਨੀ ਹੁੰਦੀ ਹੈ। ਮਸਲਨ ਮੈਂ ਇੱਕ ਤੁਹਾਨੂੰ ਉਦਾਹਰਣ ਦੇ ਦਿੰਦਾ ਸਰਲ ਤਰੀਕੇ ਨਾਲ, ਤੁਸੀਂ ਸਮਝ ਜਾਓਗੇ ਕਿ ਜਿੱਦਾਂ ਹੁਣ ਤੁਸੀਂ ਬੇਜ਼ਮੀਨੇ ਹੋ ਤਾਂ ਤੁਸੀਂ ਇੱਥੇ ਹਾਲੀਏ ਤੇ ਖੇਤ ਲੈਣੇ ਆ, ਤੁਹਾਡੇ ਦੁਆਬੇ ਚ ਹਾਲੀਆ ਕਹਿ ਦਿੰਦੇ, ਸਾਡੇ ਇੱਧਰ ਠੇਕਾ ਕਹਿ ਦਿੰਦੇ ਆ, ਠੇਕੇ ਤੇ ਜ਼ਮੀਨ ਲੈਣੀ, ਹਾਲੀਏ ਤੇ ਜ਼ਮੀਨ ਲੈਣੀ ਆ।
ਤਾਂ ਤੁਹਾਡੀ ਜਿਹੜੀ ਉਹ ਲਾਗਤ ਆ, ਮਤਲਬ ਖੇਤ ਦਾ ਤੁਸੀਂ 50 ਲੱਖ 50,000 ਰੁਪਇਆ ਪੇ ਕੀਤਾ, ਲਾਗਤ ਕਮਿਸ਼ਨ ਨੇ ਉਹ ਲਾਗਤ ਗਿਣਨੀ ਹੋਈ ਨੀ, ਜਿਹੜਾ ਹਾਲੀਏ ਦਾ ਜਾਂ ਠੇਕੇ ਦਾ ਜਿਹੜਾ ਖਰਚਾ ਹੈ ਨਾ ਲਾਗਤ ਆ ਉਹ ਗਿਣਦੇ ਨੀ ਗੇ। ਸੋ ਲਾਗਤ ਦੇ ਵਿੱਚ ਵੀ ਤੇ ਹੇਰ ਫੇਰ ਆ ਨਾ, ਤਾਂ ਉਹਨਾਂ ਦੇ ਜਿਹੜੇ ਖਰਚੇ ਆ ਉਹ ਆਪਣੇ ਹਿਸਾਬ ਕਿਤਾਬ ਦੇ ਕੇ ਆਹ ਗਿਣ ਲਿਆ ਆਹ ਗਿਣ ਲਿਆ ਇਸ ਆਧਾਰ ਤੇ MSP ਆ। ਸੋ MSP ਵੀ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਜੁਮਲਾ ਹੀ ਹੈ। ਸਾਰੇ ਕਿਸਾਨਾਂ ਨੂੰ ਹੁਣ ਇਹ ਨਹੀਂ ਦੱਸਿਆ ਜਾ ਰਿਹਾ ਕਿ ਤੁਹਾਡੇ ਵਿੱਚੋਂ ਸਿਰਫ 6% ਕਿਸਾਨ ਹੈ ਜਿਹੜੇ MSP ਦੇ ਦਾਇਰੇ ਚ ਆਉਂਦੇ ਆ, ਔਰ ਸਾਡੇ ਪੱਤਰਕਾਰ ਕੋਈ ਸਾਥੀ ਹੈ ਉਹ ਵੀ ਕਹੀ ਜਾਂਦੇ ਬਹੁਤ ਵਧੀਆ ਹੋ ਗਿਆ ਬਹੁਤ ਵਧੀਆ ਹੋ ਗਿਆ। ਉਹਨਾਂ ਨੂੰ ਇਹ ਸੋਚਣਾ ਚਾਹੀਦਾ ਕਿ ਸਿਰਫ 6% ਕਿਸਾਨਾਂ ਲਈ ਹੈ ਔਰ MSP ਦੀ ਜਿਹੜੀ ਲਾਗਤ ਗਿਣੀ ਜਾਂਦੀ ਹੈ ਉਹਦੇ ਵਿੱਚ ਵੀ ਹੇਰ ਫੇਰ ਆ। ਹੁਣ ਆਪਾਂ ਆਈਏ ਦੂਜੇ ਪਾਸੇ ਨੌਕਰੀਆਂ ਵਾਲੇ ਪਾਸੇ, ਜਿਹੜਾ ਸਭ ਤੋਂ ਮਹੱਤਵਪੂਰਨ ਮੁੱਦਾ। ਇਹਨਾਂ ਨੇ ਅੱਜ ਨਵਾਂ ਅਸ਼ਗੂਫਾ ਛੱਡ ਦਿੱਤਾ, ਕਹਿੰਦੇ ਜੀ 70 ਲੱਖ ਨੌਕਰੀਆਂ ਦੇਵਾਂਗੇ। ਹੁਣ ਜਿਹੜੀ ਸਰਕਾਰ ਹੁਣ ਤੱਕ ਇਹ ਕੰਮ ਨਹੀਂ ਕਰ ਸਕੀ, ਇਹ ਟੀਚਾ ਨਹੀਂ ਸਰ ਕਰ ਸਕੀ, ਮਹਿਜ ਇਹਨਾਂ ਨੇ 34 ਲੱਖ ਨੌਕਰੀਆਂ ਦਿੱਤੀਆਂ, 2 ਕਰੋੜ ਨੌਕਰੀਆਂ ਦਾ ਕਿਹਾ ਸੀਗਾ ਇਹਨਾਂ ਨੇ। 34 ਲੱਖ ਤੱਕ ਜਿਹੜੀ ਅਟਕੀ ਪਈ ਹੈ ਸਰਕਾਰ, ਉਹ 1 ਸਾਲ ਚ 70 ਲੱਖ ਨੌਕਰੀਆਂ ਕਿੱਥੋਂ ਦੇ ਦੂਗੀ? ਤੇ ਮੈਂ ਸੋਚਦਾ ਆ 2-3 ਦਿਨ ਪਹਿਲਾਂ ਇਹਨਾਂ ਦਾ ਇੱਕ ਭਾਰਤੀ ਜਨਤਾ ਪਾਰਟੀ ਵਾਲਿਆਂ ਦਾ ਕਹਿਣ ਡਿਆ ਸੀਗਾ ਕਿ ਦੇਖੋ ਜੀ ਮੈਂ ਹੁਣ ਇੱਕ ਯਾਤਰਾ ਸ਼ੁਰੂ ਕਰੂੰਗਾ ਤੇ ਸਾਰੇ ਦੇਸ਼ ਦੇ ਹਿੰਦੂਆਂ ਦੇ ਘਰੋਂ 1 ਚਮਚਾ ਘਿਓ ਇਕੱਠਾ ਕਰਕੇ ਲਿਆਊਂਗਾ। ਤੇ ਮੈਂ ਸਮਝਦਾ, ਮੈਨੂੰ ਲੱਗਦਾ ਕਿ 70 ਲੱਖ ਨੌਕਰੀਆਂ ਦਾ ਪ੍ਰਬੰਧ ਇਹਨਾਂ ਨੇ ਇਸ ਤਰ੍ਹਾਂ ਹੀ ਕਰਨਾ, ਉਹ ਜਿੰਨਾ ਵੀ ਘਿਓ ਇਕੱਠਾ ਕਰਨਗੇ ਉਹ ਸਾਰੇ ਫਿਰ ਪਕੌੜੇ ਥੱਲੇ ਲਾ ਦੇਣਗੇ 70 ਲੱਖ ਬੰਦੇ ਨੇ। ਜੀ ਜੀ, ਲੱਗਦਾ ਤੇ ਇਹੀ ਕੁਛ ਜਿਹੜਾ ਇਹਨਾਂ ਨੇ ਕਰਨਾ ਆ। ਜਿਹੜੀ ਯਾਤਰਾ ਕਰਨੀ ਆ, ਰੱਥ ਕਹਿੰਦੇ ਮੋਦੀ ਦਾ ਹੌਲੀ ਹੌਲੀ ਥੰਮਦਾ ਨਜ਼ਰ ਆਉਂਦਾ। ਰਾਜਸਥਾਨ ਉਪ ਚੋਣਾਂ ਵਿੱਚ ਬੁਰੀ ਹੋਈ ਭਾਜਪਾ ਨਾਲ, ਇਹ ਤੇ ਵਾਕਈ ਬੁਰੀ ਹੋਈ ਆ, ਪਰ ਇਹ ਏਦੋਂ ਵੀ ਜ਼ਿਆਦਾ ਬੁਰੀ ਹੋਣੀ ਸੀ ਜੇ ਕਿਤੇ ਅੱਜ ਦਾ ਬਜਟ ਦਿਨ ਨਾ ਆਉਂਦਾ। ਟੈਲੀਵਿਜ਼ਨ ਚੈਨਲਾਂ ਨੇ ਧੂੜ ਪੱਟ ਦੇਣੀ ਸੀਗੀ, ਪਰ ਯਾਰ ਇਹ ਆ ਕਿ ਅੱਜ ਬਜਟ ਦਾ ਦਿਨ ਸੀਗਾ, ਇਹ ਖਬਰ ਦੱਬ ਕੇ ਹੈਗੀ, ਪਰ ਇਹਨਾਂ ਦੀ ਮਿੱਟੀ ਪਲੀਤ ਹੋ ਗਈ ਰਾਜਸਥਾਨ ਦੇ ਵਿੱਚ। ਮਿੱਟੀ ਕੀ, ਉੱਥੇ ਰੇਤਾ ਹੀ ਆ, ਰੇਤਾ ਪਲੀਤ ਹੋ ਗਿਆ ਕਹਿ ਸਕਦੇ ਹਾਂ। ਇਹ ਉੱਥੇ ਗਏ ਸਨ ਬੜੇ ਧੂਲ ਧੜੱਕੇ ਦੇ ਨਾਲ, ਔਰ ਉੱਥੇ ਮੁੰਡਾ ਹੈਗਾ ਸਚਿਨ ਪਾਇਲਟ। ਸਚਿਨ ਪਾਇਲਟ ਹੈ ਜਿਹੜਾ, ਉਹ ਰਜੇਸ਼ ਪਾਇਲਟ ਦਾ ਮੁੰਡਾ, ਰਜੇਸ਼ ਪਾਇਲਟ ਹੁਣ ਆਪ ਤੇ ਹੈਗਾ, ਉਹ ਵੀ ਬਹੁਤ ਵਿਰਾਸਤੀ ਸਿਆਸਤਦਾਨ ਆ। ਤਾਂ ਉਹ ਮੁੰਡਾ ਆਪ ਵੀ ਉੱਥੇ ਇਲੈਕਸ਼ਨ ਲੜਿਆ, ਕਹਿੰਦੇ ਤੂੰ ਮੈਦਾਨ ਚ ਆ, ਤੂੰ ਮੈਦਾਨ ਚ, ਉਹ ਕਹਿੰਦਾ ਕਿ ਛੱਡੋ ਖੇੜਾ ਮੇਰਾ, ਉਹ ਜਿਵੇਂ ਆਉਂਦੇ ਹੁੰਦੇ ਨਾ ਵੱਡੇ ਭਲਵਾਨ, ਮੇਰਾ ਪੱਠਾ ਹੀ ਬਹੁਤ ਆ ਇਸ ਝੰਡੀ ਦੇ। ਇਹਨੇ ਆਖਿਆ ਕੋਈ ਗੱਲ ਨੀ, ਮੈਂ ਪ੍ਰਚਾਰ ਕਰੂੰਗਾ, ਮੇਰੇ ਨਾਲ ਦਾ ਹੀ ਬਹੁਤ ਆ। ਤੇ ਫਿਰ ਉੱਥੇ ਜਦੋਂ ਅੜਫਸ ਹੋ ਗਈ, ਉਹਨੇ ਬਹੁਤ ਧੂੰਆਂਧਾਰ ਪ੍ਰਚਾਰ ਕੀਤਾ 1-2 ਸੀਟਾਂ ਤੇ, ਤੇ ਉੱਥੇ ਨਤੀਜੇ ਜਿਹੜੇ ਉਹ ਇਹਨਾਂ ਨੂੰ ਤੇ ਦੰਦਲ ਪਾ ਗਏ ਆ। 3 ਉਪ ਚੋਣਾਂ ਹੋਈਆਂ ਉੱਥੇ, 3 ਦੀਆਂ 3 ਹੀ ਹਾਰ ਗਏ ਆ। ਪਰ ਕਮਾਲ ਦੀ ਗੱਲ ਤੇ ਇਹ ਆ ਕਿ ਜਿਹੜੀਆਂ 2 ਬਹੁਤ ਵੱਡੀਆਂ ਸੀਟਾਂ ਨੇ, ਜਿੱਦਾਂ 1 ਅਜਮੇਰ ਆ ਔਰ ਦੂਸਰੀ ਹੈ ਅਲਵਰ, ਤੇ 2 ਸੀਟਾਂ ਹਾਰ ਗਏ ਆ। ਅਲਵਰ ਤੇ ਅਜਮੇਰ ਬਹੁਤ ਵੱਡੇ ਜ਼ਿਲ੍ਹੇ ਆ। ਵੈਸੇ ਵੀ ਰਾਜਸਥਾਨ ਦੇ ਵਿੱਚ ਜੇ ਤੁਸੀਂ ਜਾਓਗੇ ਨਾ, ਕਈ ਜ਼ਿਲ੍ਹੇ ਇੱਦਾਂ ਦੇ ਜਿਹੜੇ 200-300 ਕਿਲੋਮੀਟਰ ਤੁਰੇ ਜਾਂਦੇ ਆ। ਤਾਂ ਇਹ ਜਿਹੜੇ ਵੱਡੇ ਜ਼ਿਲ੍ਹੇ ਸੀਗੇ, ਇਹਨਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਹਾਰ ਵੀ ਬਹੁਤ ਵੱਡੀ ਹੋਈ ਆ। 1 ਸੀਟ ਤੇ ਤਾਂ ਮੇਰੇ ਖਿਆਲ ਦੇ ਨਾਲ ਅਲਵਰ ਵਾਲੀ ਤੇ ਤਾਂ 1,56,319 ਵੋਟਾਂ ਤੇ ਹਾਰ ਗਿਆ ਇਹਨਾਂ ਦਾ ਕੈਂਡੀਡੇਟ, ਮਤਲਬ ਕਿ ਬੜੀ ਵੱਡੀ ਹਾਰ, ਜਿਹਨੂੰ ਆਪਾਂ ਨਮੋਸ਼ੀ ਜਾਣਕਾਰ ਕਹਿੰਦੇ ਹਾਂ। 1 ਸੀਟ ਸ਼ਾਇਦ ਇਹ 11,000 ਨਾਲ ਹਾਰੇ ਆ, 1 ਦੀ ਗਿਣਤੀ ਦਾ ਮੈਨੂੰ ਪਤਾ ਨਹੀਂ, ਅੰਦਾਜ਼ਾ ਨਹੀਂ ਕਿੰਨੀ ਗਿਣਤੀ ਰਹੀ ਆ, ਪਰ ਹਾਰੇ ਬਹੁਤ ਬੁਰੀ ਤਰ੍ਹਾਂ। ਪਰ ਇਹਦੇ ਨਾਲ ਹੀ 1 ਬੰਗਾਲ ਦੀ ਵਿਧਾਨ ਸਭਾ ਦੀ ਵੀ ਸੀਟ ਜਿਹੜੀ ਸੀ ਖਾਲੀ ਹੋਈ ਸੀਗੀ, ਉਹਦੀ ਵੀ ਅੱਜ ਬਾਈ ਇਲੈਕਸ਼ਨ ਸੀਗੀ, ਉਹਦੇ ਵਿੱਚ ਵੀ ਇਹਨਾਂ ਦੀ ਬਹੁਤ ਦੁਰਗਤ ਹੋਈ ਆ। ਔਰ ਉਹ ਸੀਟ ਜਿਹੜੀ ਸੀਗੀ ਨੋਆਪਾੜਾ ਦੀ, ਉਹਦੇ ਵਿੱਚ ਜਿਹੜੀ ਤ੍ਰਿਣਮੂਲ ਕਾਂਗਰਸ ਆ ਉਹਦਾ ਕੈਂਡੀਡੇਟ ਲੈ ਗਿਆ 1,11,700 ਵੋਟਾਂ, ਤੇ ਜਿਹੜਾ ਇਹਨਾਂ ਦਾ ਸੀ ਭਾਰਤੀ ਜਨਤਾ ਪਾਰਟੀ ਵਾਲਾ ਉਹ ਰਹਿ ਗਿਆ 35,000 ਤੇ। ਤੁਸੀਂ ਆਪ ਹੀ ਮਾਰਜਨ ਜਿਹੜਾ ਉਹ ਕੈਲਕੂਲੇਟ ਕਰ ਲਿਓ ਕਿ ਕਿੱਥੇ 1,12,000 ਵੋਟ ਆ ਤੇ ਕਿੱਥੇ ਮਹਿਜ 35,000 ਵੋਟ ਆ। ਯਾਨੀ ਉੱਥੋਂ ਵੀ ਨਮੋਸ਼ੀ, ਇੱਥੋਂ ਵੀ ਨਮੋਸ਼ੀ, ਪਰ ਰਾਜਸਥਾਨ ਵਾਲੀ ਨਮੋਸ਼ੀ ਜ਼ਿਆਦਾ ਹੈ। ਜ਼ਿਆਦਾ ਇਸ ਕਰਕੇ ਆ ਕਿਉਂਕਿ ਉੱਥੇ ਇਹਨਾਂ ਦੀ ਗਵਰਨਮੈਂਟ ਹੈ ਰਾਜਸਥਾਨ ਦੇ ਵਿੱਚ। ਬੰਗਾਲ ਦੇ ਵਿੱਚ ਤੇ ਆਪਾਂ ਮੰਨ ਲੈਂਦੇ ਹਾਂ ਕਿ ਉੱਥੇ ਇਹਨਾਂ ਦੇ ਪੈਰ ਹਾਲੇ ਚੰਗੀ ਤਰ੍ਹਾਂ ਜੰਮੇ ਨਹੀਂ ਹੈ, ਪਰ ਰਾਜਸਥਾਨ ਦੇ ਵਿੱਚ ਤੇ ਬਹੁਤ ਲੰਬੇ ਸਮੇਂ ਤੋਂ ਰਾਜ ਕਰਦੇ ਆ, ਕਦੇ ਕਾਂਗਰਸੀ ਆ ਜਾਂਦੇ, ਕਦੇ ਇਹ ਆ ਜਾਂਦੇ ਆ। ਤੇ ਵਸੁੰਧਰਾ ਰਾਜੇ ਸਿੰਧੀਆ ਤੇ ਕਹਿੰਦੀ ਆ ਕਿ ਐਤਕੀ ਸਾਨੂੰ ਘਿਰਾਉਣ ਵਾਲਾ ਜੰਮੇ ਨਹੀਂ ਗਾ, ਕਿਉਂਕਿ ਉਹ ਪਹਿਲੂ ਪੁਲੂ ਖਾਣ ਵਾਲੇ ਪਹਿਲੂ ਆ ਜਿਹੜੇ ਉਹ ਚੰਗੀ ਤਰ੍ਹਾਂ ਹੈਂਡਲ ਕਰਦੀ ਆ। ਖੈਰ, ਪਰ ਅੱਜ ਤੱਕ ਇਹਨਾਂ ਦੇ ਨਾਲ ਲੋਹੜਾ ਵੱਜਿਆ, ਇਹ ਤੇ ਬਹੁਤ ਹੈਰਾਨ ਕਰਦਾ ਕਿ ਪਹਿਲਾਂ ਯੂਨੀਵਰਸਿਟੀ ਦੀਆਂ ਚੋਣਾਂ ਜਿਹੜੀਆਂ
ਉਹ ਇਹਨਾਂ ਨੂੰ ਨਮੋਸ਼ੀ ਦੇ ਕੇ ਗਈਆਂ, ਹੁਣ ਇਹ ਤਿੰਨੇ ਦੀਆਂ ਤਿੰਨੇ ਸੀਟਾਂ ਬੁਰੀ ਤਰ੍ਹਾਂ ਹਾਰ ਗਏ ਆ। ਸੋ ਲੱਗ ਰਿਹਾ ਉਹੀ ਹੈ ਜਿਹੜੀ ਗੱਲ ਤੁਸੀਂ ਆਖੀ ਆ ਕਿ ਰੱਥ ਜਿਹੜਾ ਆ ਉਹ ਹੌਲੀ 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 ਉਹ ਜਿਵੇਂ ਚੱਲਦਾ ਹੁੰਦਾ ਸੀ ਨਾ ਢੀਚਕ ਢੀਚਕ ਢੀਚਕ, ਕਈ ਵਾਰੀ ਅਸੀਂ ਦੇਖਦੇ ਹੁੰਦੇ ਸੀ ਉਹ ਰੱਥ ਜਿਹੜਾ ਦੌੜਿਆ ਜਾਂਦਾ ਸੀ, ਹੁਣ ਢੀਚਕ 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 ਤੇ ਆ ਗਿਆ। ਇਹ ਢੀਚਕ ਢੀਚਕ ਕਰਦਾ ਪਹੀਆ ਕਦੋਂ ਦੇਖ ਪਵੇ ਕੁਛ ਨੀ ਕਿਹਾ ਜਾ ਸਕਦਾ, ਕਿਉਂਕਿ ਸਾਨੂੰ ਸੰਕੇਤ ਮਿਲ ਗਿਆ ਸੀ ਗੁਜਰਾਤ ਇਲੈਕਸ਼ਨ ਤੋਂ, ਜਿੱਥੇ ਕਹਿੰਦੇ ਆ ਕਿ ਇਹ ਹਿੰਦੂਤਵ ਦੀ ਪ੍ਰਯੋਗਸ਼ਾਲਾ। ਤਾਂ ਹਿੰਦੂਤਵ ਦੀ ਪ੍ਰਯੋਗਸ਼ਾਲਾ ਦੇ ਵਿੱਚ ਲੋਕਾਂ ਨੇ ਇੱਕ ਨਵਾਂ ਪ੍ਰਯੋਗ ਕੀਤਾ, ਉਹਨਾਂ ਨੇ ਕਾਂਗਰਸ ਨੂੰ ਬਹੁਤ ਵੱਡੀ ਖੁਸ਼ੀ ਦੇ ਦਿੱਤੀ, ਹਾਲਾਂਕਿ ਪੂਰੀ ਖੁਸ਼ੀ ਨਹੀਂ ਦਿੱਤੀ, ਪੌਣੀ ਕੋ ਖੁਸ਼ੀ ਦਿੱਤੀ, ਪਰ ਭਾਰਤੀ ਜਨਤਾ ਪਾਰਟੀ ਵਾਲਿਆਂ ਨੂੰ ਖੁਸ਼ੀ ਇਹੋ ਜਿਹੀ ਦਿੱਤੀ, ਨਾ ਰੋਣ ਜੋਗੇ ਨਾ ਹੱਸਣ ਜੋਗੇ। ਸੋ ਹਿੰਦੂਤਵ ਦੀ ਪ੍ਰਯੋਗਸ਼ਾਲਾ ਦੇ ਵਿੱਚ ਇਹਨਾਂ ਦੇ ਪ੍ਰਯੋਗ ਜਿਹੜੇ ਸਹੀ ਨਹੀਂ ਸੀ ਬੈਠੇ, ਸਟੀਕ ਨਹੀਂ ਸੀ ਬੈਠੇ, ਲੋਕਾਂ ਨੇ ਨਕਾਰ ਦਿੱਤੇ। ਤਾਂ ਇਹਦਾ ਮਤਲਬ ਇਹ ਸੀਗਾ ਕਿ ਭਾਰਤੀ ਜਨਤਾ ਪਾਰਟੀ ਦਾ ਪਾਣੀ ਉਤਰਨਾ ਸ਼ੁਰੂ ਹੋ ਗਿਆ ਔਰ ਇਹਦੀ ਮੋਹਰ ਲੱਗ ਗਈ ਰਾਜਸਥਾਨ ਦੇ ਵਿੱਚ। ਹੁਣ ਦੇਖੋ ਮੱਧ ਪ੍ਰਦੇਸ਼ ਦੇ ਵਿੱਚ ਵੀ ਪਿੱਛੇ ਜਿਹੜੇ ਬਾਈ ਇਲੈਕਸ਼ਨ ਹੋਇਆ ਉੱਥੇ ਵੀ ਫੱਟੀ ਮੇਸ ਹੋ ਗਈ ਇਹਨਾਂ ਦੀ, ਤਾਂ ਉੱਥੇ ਵੀ ਇਲੈਕਸ਼ਨ ਆ, ਇੱਥੇ ਵੀ ਇਲੈਕਸ਼ਨ ਆ, ਦੋਵਾਂ ਥਾਵਾਂ ਤੇ ਇਹਨਾਂ ਦੀਆਂ ਸਰਕਾਰਾਂ। ਲੱਗਦਾ ਇਹੋ ਹੀ ਆ ਕਿ ਦੋਵਾਂ ਥਾਵਾਂ ਤੋਂ ਹੀ ਇਹਨਾਂ ਲਈ ਸੁਣੇ ਆ ਜਿਹੜੇ ਉਹ ਚੰਗੇ ਨਹੀਂ ਆਉਣਗੇ ਆਉਣ ਵਾਲੇ ਸਮੇਂ ਚ। ਉਹ ਕਿਸੇ ਨੇ ਆਖਿਆ ਸੀਗਾ ਨਾ, ਯਗਾਨਾ ਚੰਗੇ ਜੀ ਸੀ ਸ਼ਾਇਦ, ਉਹਨਾਂ ਨੇ ਇੱਕ ਵਾਰੀ ਕਿਹਾ ਸੀ ਕਿ ਪਹਾੜ ਕੱਟਣੇ ਵਾਲੇ ਜ਼ਮੀਨ ਸੇ ਹਾਰ ਗਏ, ਇਸ ਜ਼ਮੀਨ ਮੇਂ ਦਰਿਆ ਸਮਾਏ ਹੈ ਕਿਆ ਕਿਆ। ਸੋ ਪਹਾੜ ਕੱਟਣ ਵਾਲੇ ਲੋਕ ਹੈ ਜਿਹੜੇ ਉਹ ਹੁਣ ਜ਼ਮੀਨ ਤੋਂ ਹਾਰਦੇ ਨਜ਼ਰ ਆਉਂਦੇ ਆ। ਜੀ ਜੀ, ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ ਹਿਮਾਚਲ ਪ੍ਰਦੇਸ਼ ਦੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਦੀਆਂ ਮੁਸ਼ਕਲਾਂ ਵਧੀਆਂ, ਚਾਰਜਸ਼ੀਟ ਦਾਖਲ। ਦੇਖੋ ਇਹ ਵੀਰ ਭੱਦਰ ਸਿੰਘ ਹੈ ਜਿਹੜਾ ਇਸ ਮਾਮਲੇ ਚ ਵੀਰ ਹੀ ਹੈ ਕਿ ਇਹਨੇ ਸਾਰਾ ਕੁਛ ਕੀਤਾ ਔਰ ਸਾਰਾ ਕੁਛ ਕਰਾ ਕੇ ਫਿਰ ਵੀ ਪੂਰਾ ਸਮਾਂ ਮੁੱਖ ਮੰਤਰੀ ਦੀ ਗੱਦੀ ਭੋਗ ਗਿਆ, ਕਿਉਂਕਿ ਇਹਦੇ ਤੇ ਦੋਸ਼ ਬਹੁਤ ਪਹਿਲਾਂ ਲੱਗਦੇ ਪਏ ਸੀਗੇ। ਭਾਰਤੀ ਜਨਤਾ ਪਾਰਟੀ ਵਾਲੇ ਇਹਦੇ ਖਿਲਾਫ਼ ਬੜੇ ਚਿਰ ਦੇ ਰੋਕ ਲਾਉਂਦੇ ਸੀ, ਬੜੇ ਚਿਰ ਦੇ ਦੋਸ਼ ਲਾਉਂਦੇ ਸੀ ਕਿ ਕੰਮ ਤੁਰਿਆ ਆਉਂਦਾ ਸੀ ਤੁਰਿਆ ਆਉਂਦਾ ਸੀਗਾ। ਪਰ ਅਸਲ ਦੇ ਵਿੱਚ ਜਦੋਂ ਦੀ ਮੋਦੀ ਸਰਕਾਰ ਆਈ ਹੈ ਉਦੋਂ ਬਾਅਦ ਇਹਦੇ ਨਾਲ ਇਹਨਾਂ ਨੇ ਇਹੋ ਜਿਹਾ ਸਲੂਕ ਕੀਤਾ ਕਿ ਇਹਦੀ ਬੇਟੀ ਦਾ ਵਿਆਹ ਚੱਲਦਾ ਪਿਆ ਸੀ ਤੇ ਚੱਲਦੇ ਵਿਆਹ ਦੇ ਵਿੱਚ ਸੀਬੀਆਈ ਦੀ ਰੇਡ ਹੋ ਗਈ ਸੀ। ਵੈਸੇ ਇਹ ਸ਼ਰਮਨਾਕ ਗੱਲ ਸੀਗੀ, ਇਹ ਕਿਹੜਾ ਕਦੇ ਭੱਜਿਆ ਚੱਲਿਆ ਸੀ, ਭਾਰਤ ਤੇ ਚੜ੍ਹਨੀ ਸੀ ਚੱਲਿਆ, ਪਰ ਚੀਨ ਨੂੰ ਤੇ ਚੱਲਿਆ ਨਹੀਂ ਸੀ, ਹਿਮਾਲਿਆ ਨੂੰ ਤੇ ਚੱਲਿਆ ਨਹੀਂ ਸੀਗਾ। ਇਹ ਜਿਹੜਾ ਮੌਕਾ ਮੌਕਾ ਦੇਖਣਾ ਚਾਹੀਦਾ ਸੀ ਇਹਨਾਂ ਨੇ ਨਹੀਂ ਦੇਖਿਆ, ਪਰ ਇਹਦੇ ਖਿਲਾਫ਼ ਈਡੀ ਵੀ ਲਾਤੀ ਇਹਨਾਂ ਨੇ, ਇਨਕਮ ਟੈਕਸ ਵੀ ਲਾਇਆ ਸੀਗਾ, ਸੀਬੀਆਈ ਦਿੱਲੀ ਹਾਈਕੋਰਟ ਨੇ ਲਾਤੀ ਸੀਗੀ, ਕਿਉਂਕਿ ਹਾਈਕੋਰਟ ਨੇ ਕਿਹਾ ਸੀਗਾ ਕਿ ਤੁਸੀਂ ਦੇਖੋ ਮਾਮਲਾ। ਹੁਣ ਇਹਦੇ ਖਿਲਾਫ਼ ਈਡੀ ਨੇ ਚਾਰਜਸ਼ੀਟ, ਜਿਹਨੂੰ ਆਪਾਂ ਸਪਲੀਮੈਂਟਰੀ ਚਾਰਜਸ਼ੀਟ ਕਹਿੰਦੇ ਹਾਂ, ਉਹ ਫਾਈਲ ਕਰ ਦਿੱਤੀ ਹੈ। ਵੈਸੇ ਪਹਿਲਾਂ ਵੀ ਕੇਸ ਜਿਹੜੇ ਆ ਇੱਕ ਦੋ ਦੇ ਦਰਜ ਹੋ ਚੁੱਕੇ ਆ। ਮਾਮਲਾ ਕੀ ਹੈ? ਮਾਮਲਾ ਸਿੱਧੇ ਤੌਰ ਤੇ ਹੇਰਫੇਰ ਦਾ, ਜਿਹਨੂੰ ਆਪਾਂ ਸਕੈਮ ਕਹਿ ਦਿੰਦੇ, ਘੁਟਾਲਾ ਕਹਿ ਦਿੰਦੇ, ਘਪਲਾ ਕਹਿ ਦਿੰਦੇ ਹਾਂ। ਇਹ ਹੈ ਕਿੱਦਾਂ ਸੀਗਾ, ਬੜਾ ਦਿਲਚਸਪ ਮਾਮਲਾ, ਤੁਸੀਂ ਸੁਣੋਗੇ ਤੇ ਹੈਰਾਨ ਹੋ ਜਾਓਗੇ। ਹੋਇਆ ਕੀ ਸੀਗਾ ਕਿ 2008-09 ਦੇ ਵਿੱਚ ਇਹਨੇ 3 ਸਾਲਾਂ ਦੀ ਜਿਹੜੀ ਆਪਣੀ ਉੱਥੇ ਬੈਲੈਂਸ ਸ਼ੀਟ ਦਿਖਾਈ, ਜਿਹੜੀ ਰਿਟਰਨ ਭਰਨ ਵੇਲੇ, ਯਾਨੀ 2008 ਤੋਂ ਲਾ ਲਓ 11 ਤੱਕ, ਇਹਨੇ ਆਪ ਪਰਿਵਾਰ ਦੀ ਆਮਦਨੀ ਦਿਖਾਈ 47,35,000 ਰੁਪਇਆ। ਤੇ ਜਦੋਂ ਮੋਦੀ ਸਰਕਾਰ ਆ ਗਈ, ਆਉਂਦੇ ਹੀ ਉਹਨਾਂ ਨੇ ਇਹਦੇ ਮਗਰ 2-3 ਟੀਮਾਂ ਲਾ ਤੀਆਂ, ਤੇ ਇਹ ਹੋ ਗਈ ਉਰਜਾ ਮੋਰਨੀ ਤੇਰੇ ਮਗਰ ਬੰਦੂਕਾਂ ਵਾਲੇ। ਤੇ ਜਦੋਂ ਉਹ ਲੱਗੇ, ਫਿਰ ਨਾਲ ਦੀ ਨਾਲ ਇਹਨੇ ਇੱਕ ਸੁਧਾਈ ਕਰਕੇ ਰਿਟਰਨ ਫਾਈਲ ਕਰ ਦਿੱਤੀ ਉਹਨਾਂ ਹੀ ਸਮਿਆਂ ਦੀ, 8-11 ਦੀ, ਕਿ ਮੇਰੀ ਆਮਦਨ ਤੇ ਹੈਗੀ ਆ ਜੀ 6,57,00,000 ਰੁਪਏ ਦੀ। ਮਤਲਬ ਪਹਿਲੀ ਰਿਟਰਨ ਭਰਦਾ 47,35,000 ਦੀ, ਤੇ ਜਦੋਂ ਲੱਗਦਾ ਕਿ ਮਗਰ ਆ ਗਏ ਡੰਡੇ ਵਾਲੇ, ਫਿਰ ਕਹਿੰਦਾ ਨਹੀਂ ਜੀ ਆਪਣੇ ਕੋਲ ਤੇ 6,57,00,000 ਰੁਪਇਆ ਹੈਗਾ। ਸੋ ਆਮਦਨ ਜਿਹੜੀ ਆ ਇਹਨੇ ਵਧਾ ਦਿੱਤੀ, ਉੱਥੋਂ ਹੀ ਇਹ ਸਭ ਕੁਛ ਨੰਗਾ ਹੋ ਗਿਆ। ਔਰ ਫਿਰ ਕਮਾਲ ਦੀ ਗੱਲ ਤੇ ਇਹ ਸੀਗੀ ਕਿ ਜਦੋਂ ਜਾਂਚ ਪੜਤਾਲ ਸ਼ੁਰੂ ਹੋਈ ਤੇ ਕਹਿੰਦੇ ਕਿ ਇੰਨੇ ਪੈਸੇ ਤੁਹਾਡੇ ਕੋਲ ਕਿੱਥੋਂ ਆਏ? ਕਹਿੰਦਾ ਜੀ ਆਪਣੇ ਈਸ਼ਵਰ ਨੇ ਕਿਰਪਾ ਕੀਤੀ, ਆਪਣੇ ਸੇਵਾ ਦੇ ਬਾਗ ਬੜੇ ਬਹੁਤ ਫਲ ਦੇ ਕੇ ਗਏ। ਫਿਰ ਜਦੋਂ ਉਹਨਾਂ ਦੀ ਜਾਂਚ ਪੜਤਾਲ ਹੋਈ, ਤੁਸੀਂ ਹੈਰਾਨ ਰਹਿ ਜਾਓਗੇ, ਇਹਨੂੰ ਪੁੱਛਿਆ ਗਿਆ ਕਿ ਸੇਬ ਘੱਲੇ ਕਿੱਥੇ? ਉਹ ਜੀ ਕੋਈ ਇੱਧਰ ਨੂੰ ਕੰਨਿਆ ਕੁਮਾਰੀ ਨੂੰ ਗਏ ਆ, ਕੋਈ ਇੱਧਰ ਹੈਦਰਾਬਾਦ ਘੱਲੇ ਆ, ਕੋਈ ਇੱਧਰ ਨੂੰ ਇੱਧਰ ਨੂੰ। ਉਹ ਕਹਿੰਦੇ ਲਿਆਓ ਜਰਾ ਟਰਾਂਸਪੋਰਟੇਸ਼ਨ ਦਾ ਸਾਧਨ ਦੱਸੋ ਕੀ ਆ। ਤੇ ਜਿਹੜੇ ਨੰਬਰ ਮੁਹੱਈਆ ਕਰਵਾਏ ਗਏ, ਕੋਈ ਬਜਾਜ ਸਕੂਟਰ ਦਾ, ਕੋਈ ਆ ਜਿਹੜੀ ਭੂੰਡੀ ਜੀ ਲਈ ਫਿਰਦੇ ਹੁੰਦੇ ਆਟੋ ਉਹਦਾ, ਕੋਈ ਤੇਲ ਵਾਲਾ ਟੈਂਕਰ, ਉਹ ਕੋਈ ਮਿੱਟੀ ਵਾਲੇ ਟਿੱਪਰ। ਕਹਿੰਦੇ ਕਮਾਲ ਦੀ ਗੱਲ ਆ ਕਿ ਬਜਾਜ ਚੇਤਕ ਤੇ ਤੂੰ ਕੰਨਿਆਕੁਮਾਰੀ ਤੱਕ ਸੇਵ ਧੁੰਦਾ ਰਿਹਾ। ਸੋ ਇਸ ਤਰ੍ਹਾਂ ਦਾ ਫਿਰ ਇਹਨੇ ਫਰਜ਼ੀ ਵਾੜਾ ਜਿਹਾ ਕੀਤਾ ਸੀਗਾ।
ਸੋ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਵੀਰਭੱਦਰ ਦਾ ਇਸ ਸਮੇਂ ਔਖਾ ਹੋ ਗਿਆ ਕੰਮ। ਮੈਂ ਔਖਾ ਬਹੁਤਾ ਇਸ ਕਰਕੇ ਨਹੀਂ ਸਮਝਦਾ ਕਿ ਇਹਨੂੰ ਰਾਜਸਥਾਨ ਦੀਆਂ ਉਪ ਇਲੈਕਸ਼ਨ ਦੇ ਨਤੀਜੇ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਨਾ ਉਹ ਥੋੜਾ ਜਿਹਾ ਹੌਸਲਾ ਬਣਾਉਂਦੀਆਂ ਹੁੰਦੀਆਂ ਕਿ ਵੀਰਭੱਦਰ ਵੀਰ ਬਣ ਕੇ ਬਹਾਦਰ ਬਣ ਕੇ ਆ ਸਾਲ 6 ਮਹੀਨੇ ਤੋਂ ਕੱਢ ਗਿਆ ਨਾ ਫੇਰ ਨਹੀਂ ਲਈਦਾ, ਕਿਉਂਕਿ ਅੱਗੇ ਚਾਂਸ ਹੈ ਇਮਕਾਨ ਹੈ। ਤੁਹਾਨੂੰ ਪਤਾ ਜਦੋਂ ਸਰਕਾਰਾਂ ਬਦਲਦੀਆਂ ਫਿਰ ਜਿੱਤਾਂ ਤੇ ਹਾਰਾਂ ਵੀ ਬਦਲ ਜਾਂਦੀਆਂ ਜੀ, ਪਰ ਜੋ ਇਹ ਕਰਦੇ ਕਰਾਉਂਦੇ ਆ ਇਹ ਹਕੀਕਤਾਂ ਨੇ। ਉਹ ਜਿਵੇਂ ਪੰਜਾਬੀ ਚ ਮਾਵਰਾ ਨਾ, ਧੋਬੀਆਂ ਦੇ ਘਰ ਟੁੱਕੇ ਚੋਰ, ਉਹ ਨਾ ਲੁੱਟੇ ਲੁੱਟੇ ਹੋਰ। ਮਤਲਬ ਇਹ ਹੈ ਕਿ ਜੇ ਧੋਬੀਆਂ ਦੇ ਘਰ ਚੋਰੀ ਹੋ ਜਾਵੇ ਤੇ ਸਮਾਨ ਉਹਨਾਂ ਦਾ ਨੀ ਜਾਂਦਾ, ਕਿਉਂਕਿ ਉਹਨਾਂ ਦੇ ਘਰਾਂ ਚ ਲੀੜੇ ਹੋਰਾਂ ਦੇ ਪਏ ਹੁੰਦੇ ਧੋਣ ਆਏ। ਸੋ ਇਸ ਕਰਕੇ ਇਹ ਜਿਹੜਾ ਇਹਨਾਂ ਦੇ ਘਰੋਂ ਸਮਾਨ ਫੜਿਆ ਵੀ ਜਾਵੇ ਉਹ ਇਹਨਾਂ ਦਾ ਨੀ ਹੁੰਦਾ, ਜਾਂ ਇਹਨਾਂ ਦੇ ਘਰੋਂ ਚੋਰੀ ਹੋ ਜਾਵੇ ਉਹ ਇਹਨਾਂ ਦਾ ਨੀ ਹੁੰਦਾ, ਸਮਾਨ ਦੂਜਿਆਂ ਦਾ ਹੁੰਦਾ। ਦੂਜੇ ਕੌਣ ਹੈ? ਅਸੀਂ ਤੁਸੀਂ। ਜੀ 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 ਮਿੰਟੂ ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਮੁਸਲਿਮ ਪਰਸਨਲ ਲਾ ਬੋਰਡ ਨਵਾਂ ਨਿਕਾਹਨਾਮਾ ਲਾਉਣ ਦੀ ਤਿਆਰੀ ਚ। ਦੇਖੋ ਮੁਸਲਿਮ ਪਰਸਨਲ ਲਾ ਬੋਰਡ ਹੈ ਜਿਹੜਾ, ਉਹ ਪਹਿਲਾਂ ਵੀ ਇੱਕ ਦੋ ਕਦਮ ਚੁੱਕ ਚੁੱਕਾ ਹੈ, ਪਰ ਇਹ ਕਦਮ ਜਿਹੜੇ ਆ ਨਾ ਥੋੜੇ ਲੇਟ ਚੁੱਕੇ ਗਏ। ਇਹਨਾਂ ਨੇ ਪਿੱਛੇ ਜੇ ਆਪਣਾ ਇੱਕ ਕੋਡ ਆਫ ਕੰਡਕਟ ਬਣਾਇਆ ਸੀਗਾ ਕਿ ਦੇਖੋ ਜੀ, 3 ਤਲਾਕ ਦੇਣ ਵਾਲਾ ਬੰਦਾ ਜਿਹੜਾ ਉਹ ਸਮਾਜਿਕ ਬਾਈਕਾਟ ਦਾ ਹਿੱਸੇਦਾਰ ਹੋਵੇਗਾ ਜੀ, ਸਮਾਜਿਕ ਬਾਈਕਾਟ ਦਾ ਹੱਕਦਾਰ ਹੋਵੇਗਾ। ਇਹ ਬਹੁਤ ਵਧੀਆ ਚੀਜ਼ ਸੀਗੀ, ਪਰ ਕੀਤੀ ਕਦੋਂ ਗਈ? ਜਦੋਂ 3 ਤਲਾਕ ਵਾਲਾ ਮੁੱਦਾ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਪੁਣਾ ਲਿਆ। ਹੁਣ ਇਹ ਕੀ ਕਹਿੰਦੇ ਆ? ਕਹਿੰਦੇ ਜੀ ਕਿ ਅਸੀਂ ਨਵਾਂ ਨਿਕਾਹ ਨਾਮਾ ਲੈ ਕੇ ਆਵਾਂਗੇ। ਕਿ ਲਿਆਉਣਾ ਚਾਹੀਦਾ ਇਸ ਨਿਕਾਹ ਨਾਮਾ ਦੇ ਵਿੱਚ? ਉਹ ਕਹਿੰਦੇ ਆ ਕਿ ਜਦੋਂ ਨਿਕਾਹ ਹੋਊਗਾ, ਆਪਾਂ ਵਿਆਹ ਕਹਿ ਦਿੰਦੇ ਇਹ ਨਿਕਾਹ ਕਹਿੰਦੇ ਆ, ਉਹ ਕਹਿੰਦੇ ਆ ਕਿ ਜਦੋਂ ਨਿਕਾਹ ਹੋਊਗਾ ਨਿਕਾਹ ਨਾਮੇ ਦੇ ਵਿੱਚ ਹੀ ਜਿਹੜਾ ਸ਼ੌਹਰ ਹੋਊਗਾ ਉਹ ਲਿਖ ਕੇ ਦਊਗਾ ਆਪਣੀ ਬੀਵੀ ਨੂੰ ਕਿ ਮੈਂ ਤੈਨੂੰ ਕਦੇ 3 ਤਲਾਕ ਨਹੀਂ ਇੱਕ ਵਾਰੀ ਬੋਲੂਗਾ, ਮਤਲਬ ਕਿ ਰਸਤਾ ਹੀ ਵੱਢ ਦਿਆਂਗੇ, ਨਿਕਾਹ ਨਾਮੇ ਦੇ ਵਿੱਚ ਹੀ ਦਰਜ ਹੋ ਜਾਊਗਾ। ਸੋ ਇਹ ਇੱਕ ਚੰਗੀ ਕੋਸ਼ਿਸ਼ ਹੈ ਇਹਨਾਂ ਦੀ, ਮੈਂ ਸਮਝਦਾ ਕਿ ਸਵਾਗਤ ਕਰਨਾ ਚਾਹੀਦਾ ਇਹਨਾਂ ਚੀਜ਼ਾਂ ਦਾ, ਪਰ ਮਾਫ ਕਰਨਾ ਬਹੁਤ ਦੇਰ ਕਰ ਦਿੱਤੀ ਇਹਨਾਂ ਨੇ ਜਾਗਦਿਆਂ ਜਾਗਦਿਆਂ, ਜਿਵੇਂ ਆਪਣੇ ਨਾ ਬੜੀ ਦੇਰ ਕਰਦੀ ਮਿਹਰਬਾਨ ਤੇ ਆਤੇ, ਇਹਨਾਂ ਨੇ ਜਾਗਣ ਲੱਗਿਆਂ ਬਹੁਤ ਦੇਰ ਕਰ ਦਿੱਤੀ। ਹੁਣ ਜਦੋਂ ਸਾਰਾ ਕੁਛ ਹੋ ਗਿਆ, ਹੁਣ ਤੇ ਰਾਜ ਸਭਾ ਦੇ ਵਿੱਚੋਂ ਇਹਨਾਂ ਨੇ ਪਾਸ ਵੀ ਕਰਾ ਲਿਆ, ਲੋਕ ਸਭਾ ਦੇ ਵਿੱਚ ਜੇ ਨਾ ਕੰਮ ਅਟਕਦਾ ਨਾ ਸੋਰੀ ਲੋਕ ਸਭਾ ਚੋਂ ਪਾਸ ਕਰਾ ਲਿਆ ਸੀਗਾ, ਰਾਜ ਸਭਾ ਚ ਨਾ ਅਟਕਦਾ ਬਿੱਲ, ਤੇ ਹੁਣ ਤੱਕ ਤੇ ਉਹ ਕਾਨੂੰਨ ਬਣ ਜਾਣਾ ਸੀਗਾ, ਰਾਸ਼ਟਰਪਤੀ ਨੇ ਮੋਹਰ ਲਾ ਦੇਣੀ ਸੀ। ਸੋ ਬਹੁਤ ਦੇਰ ਕਰ ਦਿੱਤੀ ਹੈ ਇਹਨਾਂ ਨੇ ਆਪਣੇ ਪੱਧਰ ਤੇ ਸੁਧਾਰ ਪਹਿਲਾਂ ਕਰ ਲਏ ਹੁੰਦੇ ਤਾਂ ਮੇਰੇ ਖਿਆਲ ਦੇ ਨਾਲ ਨੌਕਤਾ ਇੱਥੋਂ ਤੱਕ ਨਹੀਂ ਸੀ ਆਉਂਦੀਆਂ। ਸੋ ਇਹਨਾਂ ਨੂੰ ਹਾਲੇ ਵੀ ਇਸ ਪਾਸੇ ਧਿਆਨ ਦੇਣ ਦੀ ਜ਼ਰੂਰਤ ਆ, ਸਰਬ ਸਹਿਮਤੀ ਬਣਾ ਕੇ ਇਸ ਤਰ੍ਹਾਂ ਦਾ ਪ੍ਰਬੰਧ ਕਰ ਲੈਣ। ਚਲੋ ਜੇ ਕਾਨੂੰਨ ਬਣ ਵੀ ਜਾਵੇ ਕਿ ਕਾਨੂੰਨ ਤੱਕ ਇਹ ਮਸਲੇ ਪਹੁੰਚਣੇ ਨਾ, ਇਹਨਾਂ ਦੇ ਆਪਣੇ ਭਾਈਚਾਰੇ ਦੇ ਵਿੱਚ ਹੀ ਹੱਲ ਹੋ ਜਾਣ। ਜੀ ਜੀ, ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਇੱਕ ਹੋਰ ਸਰਵੇ ਨੇ ਮੋਦੀ ਸਰਕਾਰ ਦੀ ਸਿੱਖਿਆ ਨੀਤੀ ਦੀ ਪੁੱਟੀ ਜਖਣਾ। ਦੇਖੋ ਸਰਵੇ ਹੈ ਨਾ ਜਿਹੜੇ ਸਰਕਾਰ ਦੇ ਪੱਖੋਂ ਬੜੇ ਖਰਵੇ ਆ ਰਹੇ ਆ, ਬੜੇ ਖਰਵੇ ਆ ਰਹੇ ਆ। ਆ ਪਹਿਲਾਂ ਜਿਹੜਾ ਸਰਵੇ ਆਇਆ ਸੀਗਾ ਸੁਣ ਕੇ ਬੰਦਾ ਮਿਸਲ ਹੋ ਜਾਂਦਾ ਕਿ ਕਮਾਲ ਦੀ ਸਾਡੀ ਇੱਥੋਂ ਦੀ ਸਿੱਖਿਆ ਪ੍ਰਣਾਲੀ ਹੈ। ਉਹ ਸਰਵੇ ਜਿਹੜਾ ਸੀਗਾ ਉਹ ਦਿਹਾਤੀ ਸਿੱਖਿਆ ਨੂੰ ਲੈ ਕੇ ਸੀ, ਪੇਂਡੂ ਸਿੱਖਿਆ ਨੂੰ ਲੈ ਕੇ ਜੀ। ਉਹਦਾ ਸਿੱਟਾ ਕੀ ਸੀਗਾ? ਕਹਿੰਦੇ ਜੀ ਕਿ 36% ਬੱਚਿਆਂ ਨੂੰ ਇਹ ਨੀ ਪਤਾ ਕਿ ਸਾਡੇ ਦੇਸ਼ ਦੀ ਰਾਜਧਾਨੀ ਕਿਹੜੀ ਆ, ਤੇ 21% ਨੂੰ ਇਹ ਨੀ ਪਤਾ ਕਿ ਉਹ ਵਸ਼ਿੰਦੇ ਕਿਹੜੇ ਰਾਜ ਦੇ ਆ, ਯਾਨੀ ਜਿੱਥੇ ਉਹਨਾਂ ਦਾ ਘਰ ਆ ਉਹ ਕਿਹੜੀ ਸਟੇਟ ਆ, ਤੇ 14% ਇਹੋ ਜਿਹੇ ਸਲੱਗ ਆ ਜਿਹਨਾਂ ਨੂੰ ਇਹ ਨੀ ਪਤਾ ਕਿ ਭਾਰਤ ਦਾ ਪੂਰੇ ਸੰਸਾਰ ਦੇ ਨਕਸ਼ੇ ਚ ਥਾਂ ਕਿੱਥੇ ਪੂਜੇ ਆ, ਯਾਨੀ ਉਹ ਭਾਰਤ ਦਾ ਨਕਸ਼ਾ ਨੀ ਪਛਾਣ ਸਕਦੇ। 57% ਇਹੋ ਜਿਹੇ ਨਿਕਲੇ ਜਿਹਨਾਂ ਨੂੰ ਜੇ ਸਧਾਰਨ ਗੁਣਾ ਤਕਸੀਮ ਕਿਹਾ ਜਾਵੇ ਤੇ ਉਹ ਕਹਿੰਦੇ ਆ ਕਿ ਛੱਡੋ ਖੇੜਾ, ਮੱਥਾ ਮਾਰਨ ਦੀ ਕੀ ਲੋੜ ਆ, ਤੁਹਾਡੇ ਜੇਬ ਦੇ ਵਿੱਚ ਮੋਬਾਈਲ ਹੈਗਾ ਤੇ ਇਹਦੇ ਚ ਕੈਲਕੂਲੇਟਰ ਹੈਗਾ, ਇੱਥੇ ਕੈਲਕੂਲੇਸ਼ਨ ਕਰ ਲਓ, ਸਾਨੂੰ ਕਿਉਂ ਤੁਸੀਂ ਵਾਹਣੇ ਪਾਇਆ। ਫਿਰ ਇੱਕ ਇਹ ਤੱਥ ਨਿਕਲਿਆ ਕਿ 59% ਸਟੂਡੈਂਟਾਂ ਨੇ ਅੱਜ ਤੱਕ ਆ ਜਿਹੜਾ ਕੰਪਿਊਟਰ ਬਾਬਾ ਹੁੰਦਾ ਇਹ ਚਲਾ ਕੇ ਨੀ ਵੇਖਿਆ, ਡਰਾਈਵਿੰਗ ਕਰਕੇ ਦੇਖਿਆ। 64% ਕੁੜੀਆਂ ਨੇ ਇਹਦੇ ਦਰਸ਼ਨ ਦਿਦਾਰੇ ਨਹੀਂ ਕੀਤੇ, ਸਕੂਲ ਪੜ੍ਹਦੀਆਂ ਨੇ। ਸੋ ਇਹ ਰੂਰਲ ਸਿੱਖਿਆ ਦਾ ਹਾਲ ਸੀਗਾ। ਹੁਣ ਇੱਕ ਸਰਵੇ ਹੋਰ ਆਇਆ, ਇਸ ਸਰਵੇ ਦੇ ਵਿੱਚ ਇਹੀ ਚੀਜ਼ ਸਾਹਮਣੇ ਆਈ ਹੈ, ਕਿਉਂਕਿ ਇਹ ਸਰਵੇ ਆ ਜਿਹੜਾ ਇੱਕ ਵੱਖਰੀ ਕਿਸਮ ਦਾ ਸਰਵੇ ਆ।
ਇਹਦੇ ਚ ਦੇਖਿਆ ਜਾਂਦਾ ਕਿ ਖਾਸ ਤੌਰ ਤੇ ਜਿੱਦਾਂ ਗਣਿਤ ਮਣਿਤ ਆ ਇਹਦੇ ਚ ਕਿੰਨੇ ਕੁ ਬੱਚੇ ਆ ਜਿਹੜੇ ਉਹ ਪਾਏਦਾਰ ਆ ਹੁਸ਼ਿਆਰ ਆ। ਤਾਂ ਇਸ ਸਰਵੇ ਦੇ ਵਿੱਚ ਇਹਨਾਂ ਨੇ 700 ਜ਼ਿਲ੍ਹੇ ਲਏ ਆ, ਕਿਉਂਕਿ ਸਰਵੇ ਚੱਲੀ ਜਾਂਦੇ ਨਾ ਲਗਾਤਾਰ ਵੱਖੋ ਵੱਖਰੇ ਸਰਵੇ ਆ। ਤਾਂ ਇਹਦੇ ਵਿੱਚ ਇਹਨਾਂ ਨੇ 1,10,000 ਸਕੂਲ ਦੇ 22 ਲੱਖ ਸਟੂਡੈਂਟ ਸ਼ਾਮਿਲ ਕੀਤੇ, ਯਾਨੀ 700 ਜ਼ਿਲ੍ਹਿਆਂ ਦੇ। ਤੇ ਇਹਦੇ ਵਿੱਚੋਂ ਵੀ ਇਹ ਆ ਕਿ ਜਿੱਦਾਂ ਜਿੱਦਾਂ ਇਹ ਬੱਚੇ ਉੱਤਲੀਆਂ ਕਲਾਸਾਂ ਚ ਤੁਰੇ ਜਾਂਦੇ ਆ, ਤਿਵੇਂ ਤਿਵੇਂ ਨਲਾਇਕ ਹੋਈ ਜਾਂਦੇ ਆ। ਜਿਵੇਂ ਉਦਾਹਰਣ ਮੈਂ ਦਿੰਦਾ ਤੁਹਾਨੂੰ ਕਿ 3 ਕਲਾਸ ਦੇ ਜਿਹੜੇ ਵਿਦਿਆਰਥੀ ਹੈ ਉਹ 67% ਤੱਕ ਆਪਣੀ ਭਾਸ਼ਾ ਦੇ ਸਹੀ ਪ੍ਰਸ਼ਨਾਂ ਦਾ ਉੱਤਰ ਦੇ ਦਿੰਦੇ ਆ, ਪਰ ਜਦੋਂ 5 ਚ ਹੁੰਦੇ ਆ ਉਹਨਾਂ ਦੇ ਸਹੀ ਗਿਣਤੀ ਉਹ 56 ਰਹਿ ਜਾਂਦੀ ਹੈ, ਤੇ ਜਦੋਂ ਉਹ 8 ਚ ਜਾਂਦੇ ਆ ਉਹ ਗਿਣਤੀ ਘੱਟ ਕੇ 56 ਰਹਿ ਜਾਂਦੀ ਹੈ। ਮਤਲਬ ਜਿਵੇਂ ਜਿਵੇਂ ਉਹ ਪੌੜੀਆਂ ਚੜ੍ਹਦੇ ਜਾਂਦੇ ਆ ਤਿਵੇਂ ਤਿਵੇਂ ਬੌਧਿਕ ਪੱਧਰ ਤੇ ਉਹ ਥੱਲੇ ਨੂੰ ਆ ਜਾਂਦੇ ਆ। ਸੋ ਇਹ ਹਾਲ ਆ। ਵੈਸੇ ਇਹ ਤੇ ਲੋਕਲ ਭਾਸ਼ਾਵਾਂ ਦੇ ਪ੍ਰਸ਼ਨਾਂ ਦਾ ਸਵਾਲ ਆ, ਅੱਗੇ ਜਿਹੜਾ ਗਣਿਤ ਆ ਉਹਦਾ ਵੀ ਹਾਲ ਕੁਛ ਇਹੋ ਜਿਹਾ। ਜਿੱਦਾਂ ਤੀਸਰੀ ਕਲਾਸ ਦਾ ਜਿਹੜਾ ਬੱਚਾ ਜੇ ਉਹ ਦੇਖੀਏ ਉਹ ਕਿੰਨਾ ਕੁਛ ਆ ਰਿਹਾ, ਤਾਂ ਉਹ ਸਰਵੇ ਚ ਦੱਸਦਾ ਕਿ 3 ਕਲਾਸ ਦੇ 64% ਬੱਚੇ ਠੀਕ ਠਾਕ ਨੇ ਗਣਿਤ ਦੇ, ਪਰ ਜਦੋਂ 5 ਚ ਚਲੇ ਜਾਂਦੇ ਆ ਇਹ ਘੱਟ ਕੇ 64 ਰਹਿ ਜਾਂਦੇ ਆ, ਤੇ ਕਮਾਲ ਦੀ ਗੱਲ ਹੈ ਕਿ ਜਦੋਂ 8 ਚ ਜਾਂਦੇ ਆ ਉਦੋਂ ਇਹ 42% ਰਹਿੰਦੇ ਆ, ਬਾਕੀ ਜਿਹੜੇ 58% ਆ ਉਹ ਨਿਲ ਹੋ ਜਾਂਦੇ ਆ। ਸੋ ਆਪ ਹੀ ਅੰਦਾਜ਼ਾ ਲਾ ਲਓ ਕਿ ਬੱਚਾ ਸ਼ੁਰੂ ਚ ਨਲਾਇਕ ਹੋਵੇ, ਸ਼ੁਰੂ ਚ ਨਿਲ ਹੋਵੇ, ਤੇ ਅੱਗੇ ਜਾ ਕੇ ਉਹ ਇੰਟੈਲੀਜੈਂਟ ਬਣ ਜਾਵੇ, ਤੇ ਅਸੀਂ ਕਹੀਏ ਕਿ ਹਾਂ ਭਾਈ ਇਹ ਸਾਡੀ ਸਿੱਖਿਆ ਪ੍ਰਣਾਲੀ ਇਹੋ ਜਿਹੀ ਆ ਕਿ ਨਲਾਇਕ ਬੱਚੇ ਨੂੰ ਵੀ ਅੱਗੇ ਜਾ ਕੇ ਹੁਸ਼ਿਆਰ ਕਰ ਦਿੰਦੀ ਆ। ਤੇ ਇੱਥੇ ਬੱਚਾ ਸ਼ੁਰੂ ਚ ਹੁਸ਼ਿਆਰ ਆ, ਜਿਵੇਂ ਜਿਵੇਂ ਅੱਗੇ ਜਾਂਦਾ ਪਿਆ ਨਲਾਇਕ ਹੋ ਰਿਹਾ। ਤਾਂ ਮਤਲਬ ਆ ਕਿ ਸਿੱਖਿਆ ਪ੍ਰਣਾਲੀ ਚ ਕਿਤੇ ਨਾ ਕਿਤੇ ਕੋਈ ਫਾਲਟ ਹੈ। ਹੁਣ ਜਿਹਨਾਂ ਨੇ ਫਾਲਟ ਠੀਕ ਕਰਨਾ ਉਹਨਾਂ ਵਿੱਚ ਆਪਣੇ ਨੀਤ ਨੀਤੀ ਚ ਫਾਲਟ ਆ। ਉਹ ਇੱਕ ਨਾ ਸੰਸਕ੍ਰਿਤ ਕਹਿੰਦੇ ਹੁੰਦੇ ਆ ਕਿ ਯਾ ਵਿਦਿਆ ਸਾ ਵਿਮੁਕਤੇ, ਉਹਦਾ ਮਤਲਬ ਇਹ ਆ ਕਿ ਵਿਦਿਆ ਉਹ ਆ ਜਿਹੜੀ ਅਗਿਆਨਤਾ ਤੋਂ ਮੁਕਤੀ ਦਵਾਵੇ, ਪਰ ਇਹ ਅਗਿਆਨਤਾ ਤੋਂ ਮੁਕਤੀ ਨਹੀਂ ਦਵਾ ਰਹੀ, ਵਿਦਿਆ ਤੋਂ ਮੁਕਤੀ ਦਵਾ ਰਹੀ ਹੈ ਜਵਾਕਾਂ ਨੂੰ, ਇਹਨਾਂ ਦਾ ਕੰਮ ਹੀ ਲੱਭਣੇ। ਸੋ ਜ਼ਰੂਰਤ ਆ ਇਸ ਪਾਸੇ ਧਿਆਨ ਦੇਣ ਦੀ, ਪਰ ਅਫਸੋਸ ਦੀ ਗੱਲ ਆ ਕਿ ਐਜੂਕੇਸ਼ਨ ਵਾਲੇ ਮਾਮਲੇ ਚ ਹੁਣ ਅਸੀਂ ਬਜਟ ਚ ਵੀ ਦੇਖਾਂਗੇ ਸਵੇਰੇ ਕੀ ਕੁਛ ਨਿਕਲਦਾ, ਪਰ ਇਹਨਾਂ ਦਾ ਜਿਹੜਾ ਬਜਟ ਆ ਅੱਜ ਤੱਕ ਦੀ ਹਿਸਟਰੀ ਆ ਬਜਟ ਦੀ ਕਿ ਜਿੰਨੀਆਂ ਵੀ ਕਮੇਟੀਆਂ ਬੈਠੀਆਂ ਕਿਸੇ ਨੇ ਕਿਹਾ ਕਿ 6% GDP ਦਾ ਖਰਚ ਕਰੋ, ਕਿਸੇ ਨੇ ਆਖਿਆ ਕਿ ਆਮਦਨ ਦਾ, ਕਿਉਂਕਿ ਕਦੇ ਉਹ ਵੀ ਦੌਰ ਸੀਗਾ ਜਦੋਂ GDP ਵਾਲਾ ਪੈਮਾਨਾ ਨਹੀਂ ਹੁੰਦਾ, ਤੇ ਕਿਸੇ ਨੇ ਕਿਹਾ ਕਿ 10% ਖਰਚ ਕਰੋ ਆਪਣੀ ਆਮਦਨ ਦਾ ਐਜੂਕੇਸ਼ਨ ਤੇ ਜੇ ਲੋਕਾਂ ਦੇ ਨਾਲ ਰਲਣਾ ਜੀ। ਪਰ ਅੱਜ ਤੱਕ ਦੀ ਬਜਟ ਹਿਸਟਰੀ ਇਹ ਰਹੀ ਹੈ ਕਿ ਇਹਨਾਂ ਨੇ 4% ਨੂੰ ਵੀ ਨਹੀਂ ਛੋਇਆ। ਅਸੀਂ ਦੇਖਦੇ ਹਾਂ ਕਿ ਕੀ ਐਤਕੀ 4% ਨੂੰ ਛੋਹਦੇ, ਪਰ ਮੈਨੂੰ ਪੱਕੀ ਤਸੱਲੀ ਆ, ਮੇਰਾ ਪੱਕਾ ਦਾਅਵਾ ਇਹ ਕਦੇ ਇਹੋ ਜਿਹੀ ਗਲਤੀ ਨਹੀਂ ਕਰਨਗੇ। ਜੀ ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਮਾਲਵਿੰਦਰ ਸਿੰਘ ਤੇ ਸ਼ਿਵਿੰਦਰ ਸਿੰਘ, 3500 ਕਰੋੜ ਦਾ ਹਰਜਾਨਾ ਬਰਕਰਾਰ ਇਹਨਾਂ ਤੇ। ਦੇਖੋ ਜੇ ਮਾਲਵਿੰਦਰ ਸਿੰਘ ਕਹਾਂਗੇ ਜਾਂ ਸ਼ਿਵਿੰਦਰ ਸਿੰਘ ਕਹਾਂਗੇ ਕਿਸੇ ਨੂੰ ਸਮਝ ਨਹੀਂ ਆਉਣੀ। ਤੇ ਜੇ ਸਿੱਧਾ ਹੀ ਕਹਿ ਦਈਏ ਉਹ ਡੇਰੇ ਬਿਆਸ ਵਾਲੇ ਜਿਹੜੇ ਉਹਨਾਂ ਦੇ ਭਾਣਜੇ ਆ, ਜੀ ਜੀ, ਇਹ ਡੇਰੇ ਬਿਆਸ ਵਾਲਿਆਂ ਦੇ ਭਾਣਜੇ ਆ, ਹੰਸਾ ਦੀ ਜੋੜੀ ਹੈ, ਦੋਨੇ ਭਰਾ ਹੈ ਮਾਲਵਿੰਦਰ ਤੇ ਸ਼ਿਵਿੰਦਰ। ਬੜੀ ਤਰੱਕੀ ਕੀਤੀ ਇਹਨਾਂ ਨੇ ਆਪਣੀ ਲਾਈਫ ਚ, ਕਿਉਂਕਿ ਜਿਹੜਾ ਫੋਰਟਿਸ ਗਰੁੱਪ ਆ ਹਸਪਤਾਲ ਸਭ ਕੁਛ ਇਹਨਾਂ ਦਾ ਹੀ ਆ। ਇਹਨਾਂ ਨੇ ਇੱਕ ਦਵਾਈ ਕੰਪਨੀ ਵੇਚੀ ਸੀ, ਬਹੁਤ ਮਸ਼ਹੂਰ ਹੈ, ਤੁਹਾਡੇ ਅਮਰੀਕਾ ਚ ਵੀ ਚੱਲਦੀ ਹੈ ਮੇਰੇ ਖਿਆਲ ਦੇ ਨਾਲ, ਰੈਮਬੈਕ ਸੀ ਜੀ, ਹੁਣ ਬੈਨ ਆ ਉਹਦੀਆਂ ਦਵਾਈਆਂ। ਹਾਂ ਬਸ ਉਹੀ ਚੱਕਰ, ਸਹੀ ਪਕੜੇ ਆ ਜੀ। ਸੋ ਰੈਮਬੈਕ ਸੀ ਜਿਹੜੀ ਸੀਗੀ ਉਹਦੇ ਚ ਇਹਨਾਂ ਦੀ ਜਿਹੜੀ ਹਿੱਸੇਦਾਰੀ ਸੀ ਇਹਨਾਂ ਨੇ ਵੇਚ ਦਿੱਤੀ ਸੀ, ਸ਼ਾਇਦ ਸਿੰਗਾਪੁਰ ਦਾ ਬੰਦਾ ਸੀ ਜਿਹਦਾ ਨਾਂ ਸੀ ਡਾਈਚੀ ਸੈਂਕਿਓ ਜੀ, ਉਹਨੂੰ ਇਹਨਾਂ ਨੇ ਆਪਣੀ ਹਿੱਸੇਦਾਰੀ ਵੇਚਤੀ, 34% ਇਹਨਾਂ ਦੀ ਸ਼ਾਇਦ ਹਿੱਸੇਦਾਰੀ ਸੀਗੀ। ਤੇ ਉਸ ਬੰਦੇ ਨੇ ਚੱਕ ਕੇ ਇਹਨਾਂ ਤੇ ਮੁਕੱਦਮਾ ਕਰ ਦਿੱਤਾ, ਮੁਕੱਦਮਾ ਇਸ ਗੱਲ ਨੂੰ ਲੈ ਕੇ ਕੀਤਾ, ਉਹ ਕਹਿੰਦਾ ਕਿ ਅਮਰੀਕਾ ਦੇ ਵਿੱਚ ਇਹਨਾਂ ਦੀਆਂ ਦਵਾਈਆਂ ਬੈਨ ਆ, ਅਮਰੀਕਾ ਦੇ ਵਿੱਚ ਘਟੀਆ ਕੁਆਲਿਟੀ ਵੇਚਣ ਦਾ ਇਹਨਾਂ ਤੇ ਦੋਸ਼ ਲੱਗਾ ਹੋਇਆ, ਜਦਕਿ ਇਹਨਾਂ ਨੇ ਗੱਲ ਮੇਰੇ ਤੋਂ ਲੁਕਾ ਲਈ। ਸੋ ਮੈਨੂੰ ਦੱਸਿਆ ਹੀ ਨੀਗਾ ਕਿ ਉੱਥੇ ਦੇ ਆਹ ਪਾਣੀ ਵਰਤੇ ਪਏ ਅਮਰੀਕਾ ਚ। ਹੁਣ ਉਹ ਕੇਸ ਜਿਹੜਾ ਸੀਗਾ ਉਹ ਗਿਆ ਚਲਾ ਆਰਬੀਟ੍ਰੇਸ਼ਨ ਕੋਰਟ ਦੇ ਵਿੱਚ, ਯਾਨੀ ਜਿਹੜੀਆਂ ਇਸ ਤਰ੍ਹਾਂ ਦੀਆਂ ਫਰਮਾਂ ਹੁੰਦੀਆਂ, ਵੱਡੀਆਂ ਕੰਪਨੀਆਂ ਹੁੰਦੀਆਂ, ਜਦੋਂ ਉਹਨਾਂ ਦੇ ਫਾਈਨੈਂਸ਼ਲੀ ਇਸ ਤਰ੍ਹਾਂ ਦੇ ਡਿਸਪਿਊਟ ਹੁੰਦੇ ਆ ਤੇ ਉਹ ਆਰਬੀਟ੍ਰੇਸ਼ਨ ਕੋਰਟ ਦੇ ਵਿੱਚ ਜਾ ਕੇ ਨਿਬੜਦੇ ਆ। ਆਰਬੀਟ੍ਰੇਸ਼ਨ ਕੋਰਟ ਦੇ ਵਿੱਚ ਜਦੋਂ ਇਹ ਮੁਕੱਦਮਾ ਗਿਆ 2016 ਦੇ ਵਿੱਚ, ਤੇ ਇਹਨਾਂ ਨੂੰ ਫਿਰ ਉਦੋਂ 2,562 ਕਰੋੜ ਰੁਪਇਆ ਪਾਇਆ ਗਿਆ ਸੀਗਾ, 2,562 ਕਰੋੜ ਰੁਪਇਆ।
ਫਿਰ ਇਹਦੇ 'ਚ ਵਿਆਜ ਪਾ ਦਿੱਤੀ ਗਈ ਕਿਉਂਕਿ ਦੇਖੋ ਸੌਦਾ ਪਿੱਛੇ ਹੋਇਆ ਸੀਗਾ ਨਾ ਕਾਫੀ ਲੰਮਾ ਸਮਾਂ ਪਹਿਲਾਂ, ਫਿਰ ਇਹਦੇ 'ਚ ਵਿਆਜ ਜੋੜੀ ਗਈ, ਫਿਰ ਕਾਨੂੰਨੀ ਫੀਸ ਜੋੜੀ ਗਈ ਤੇ ਕੁੱਲ ਮਿਲਾ ਕੇ 3500 ਕਰੋੜ ਰੁਪਈਆ ਪਾਇਆ ਗਿਆ ਇਹਨਾਂ ਨੂੰ। ਇਹਨਾਂ ਨੇ ਬੜੀ ਚਲਾਕੀ ਕੀਤੀ, ਚਲਾਕੀ ਇਉਂ ਕੀਤੀ ਕਿ ਇਹਨਾਂ ਨੇ ਆਰਬਿਟ੍ਰੇਸ਼ਨ ਕੋਰਟ ਦੇ ਫੈਸਲੇ ਨੂੰ ਅੱਗੇ ਜਾ ਕੇ ਹਾਈ ਕੋਰਟ 'ਚ ਚੈਲੰਜ ਕਰਤਾ। ਹੁਣ ਹਾਈ ਕੋਰਟ ਦੇ ਵਿੱਚ ਸੁਣਵਾਈ ਸ਼ੁਰੂ ਹੋ ਗਈ, ਸਾਲ ਡੇਢ ਸਾਲ ਲੱਗ ਗਿਆ, ਪਰ ਹਾਈ ਕੋਰਟ ਨੇ ਕਿਹਾ ਕਿ ਨਹੀਂ ਤੁਹਾਨੂੰ ਇਹ ਹਰਜਾ ਦੇਣਾ ਪੈਣਾ, ਤੁਹਾਨੂੰ ਇਹ ਹਰਜਾਨਾ ਭਰਨਾ ਪੈਣਾ। ਸੋ 3500 ਕਰੋੜ ਰੁਪਈਆ ਜਿਹੜਾ ਉਹ ਹੁਣ ਇਹਨਾਂ ਨੂੰ ਦੇਣਾ ਪੈਣਾ। 3500 ਕਰੋੜ ਰੁਪਈਆ ਕਿਵੇਂ ਦੇਣਗੇ, ਕਿੱਥੋਂ ਦੇਣਗੇ, ਮੈਂ ਤੇ ਇਹ ਸੋਚ ਕੇ ਹੈਰਾਨ ਆ ਕਿ 3500 ਕਰੋੜ ਰੁਪਈਆ ਜਦੋਂ ਜੇ ਦੇਣਾ ਪਿਆ ਤੇ ਗਿਣੂਗਾ ਕੌਣ, ਇਹ ਵੀ ਇੱਕ ਬਹੁਤ ਵੱਡਾ ਮੇਰੇ ਲਈ ਤੇ ਸਵਾਲ ਹੈ। ਪਰ ਫਿਰ ਵੀ ਉਹ ਆਉਂਦੇ ਹੁੰਦੇ ਪੰਜਾਬੀ 'ਚ ਵੱਡੇ ਸਿਰਾਂ ਦੀਆਂ ਵੱਡੀਆਂ ਸਿਰ ਪੀੜਾਂ, ਇਹ ਵੱਡੇ ਸਿਰ ਆ ਵੱਡੀਆਂ ਇਹਨਾਂ ਦੀਆਂ ਪੀੜਾਂ, ਇਹ ਜਾਣਨ ਕਿੱਥੋਂ 3500 ਕਰੋੜ ਰੁਪਈਆ ਆਉਣਾ, ਕਿੱਦਾਂ ਨਾਲ ਗਿਣਨਾ, ਕਿੱਦਾਂ ਗਲਾਉਣਾ। ਪਰ ਮੇਰੇ ਖਿਆਲ ਦੇ ਨਾਲ ਜਿਹੜਾ ਸਿੰਘਾਪੁਰ ਗਿਆ ਉਹ ਬਹੁਤ ਖੁਸ਼ ਹੋਏਗਾ। ਵੈਸੇ ਇਹਨਾਂ ਦੇ ਕੋਲ ਇੱਕ ਬਦਲ ਹੈਗਾ, ਇਹ ਸੁਪਰੀਮ ਕੋਰਟ ਜਾ ਸਕਦੇ ਆ, ਕਿ ਜੇ ਸੁਪਰੀਮ ਕੋਰਟ ਤੋਂ ਵੀ ਦਰਵਾਜ਼ਾ ਬੰਦ ਰਿਹਾ ਫਿਰ ਇਹਨਾਂ ਨੂੰ 3500 ਕਰੋੜ ਰੁਪਈਆ ਜਿਹੜਾ ਉਹ ਸੱਜੇ ਹੱਥ ਨਾਲ ਗਿਣ ਕੇ ਜਿਵੇਂ ਮੈਂ ਕਿਹਾ ਦੇਣਾ ਪਊਗਾ। ਜੀ ਜੀ, ਅਗਲੀ ਜਿਹੜੀ ਆਪਾਂ ਗੱਲ ਕਰੀਏ, ਕਹਿੰਦੇ ਰਾਮ ਰਹੀਮ ਖਿਲਾਫ CBI ਨੇ ਇੱਕ ਹੋਰ ਚਾਰਜਸ਼ੀਟ ਫਾਈਲ ਕੀਤੀ ਹੈ। ਦੇਖੋ ਰਾਮ ਰਹੀਮ ਦੇ ਖਿਲਾਫ ਅੱਗੇ ਵੀ ਚਾਰਜਸ਼ੀਟਾਂ ਕਾਫੀ ਫਾਈਲ ਹੋ ਚੁੱਕੀਆਂ, ਇਹ ਮੇਰੇ ਖਿਆਲ ਦੇ ਨਾਲ ਕੁੱਲ ਮਿਲਾ ਕੇ ਦੇਖੀਏ ਤੇ ਚੌਥੀ ਆ ਗਈ ਆ। ਵੈਸੇ 4.5 ਹੀ ਗਿਣਦੀ ਹੈ, ਮੈਂ ਤਾਂ ਕਹਿੰਦਾ, ਕਿਉਂਕਿ ਅੱਧੀ ਕੁ ਪੰਚਕੂਲੇ ਵਾਲੀ ਵੀ ਤਿਆਰ ਹੀ ਆ, ਉਹਦੇ ਚ ਵੀ ਹੋ ਸਕਦਾ ਕਿ ਜੇ ਪਿੱਛੋਂ ਗ੍ਰੀਨ ਸਿਗਨਲ ਨਾ ਹੋਇਆ, ਰੈਡ ਸਿਗਨਲ ਹੀ ਰਿਹਾ ਕਿ ਚੱਕ ਦਿਓ ਫੱਟਾ, ਫਿਰ ਇਹ ਜਿਹੜਾ ਪੰਚਕੂਲੇ ਵਾਲਾ ਕੇਸ ਆ ਉਹਦੇ ਚ ਵੀ ਇਹਦਾ ਚਾਰਜਸ਼ੀਟ ਚ ਨਾ ਆ ਸਕਦਾ। ਖੈਰ ਉਹ ਅੱਧ ਤਜਦ ਅਸੀਂ ਛੱਡ ਦਿੰਦੇ ਹਾਂ। ਹੁਣ ਇਹ ਜਿਹੜੀ ਚੌਥੀ ਚਾਰਜਸ਼ੀਟ ਦਾਖਲ ਹੋਈ ਆ ਉਹ ਹੋਈ ਆ ਸਾਧੂਆਂ ਨੂੰ ਨਪੁੰਸਕ ਬਣਾਉਣ ਵਾਲੇ ਮਾਮਲੇ ਚ। ਸੋ CBI ਨੇ ਪੰਚਕੂਲਾ ਅਦਾਲਤ ਚ ਇਹ ਜਿਹੜੀ ਚਾਰਜਸ਼ੀਟ ਆ ਫਾਈਲ ਕਰ ਦਿੱਤੀ ਆ। ਇਹਦਾ ਮਤਲਬ ਹੈ ਕਿ ਕੇਸ ਹੁਣ ਚੱਲ ਪਿਆ, ਪਹਿਲਾਂ ਤੇ ਕੇਸ ਬਣਦਾ ਹੀ ਨਹੀਂ ਸੀ ਪਿਆ, CBI ਇਨਵੈਸਟੀਗੇਸ਼ਨ ਕਰਦੀ ਪਈ ਸੀ। ਉਹ ਕਿੰਨੇ ਚਿਰ ਤੋਂ ਵਿਚਾਰਾ ਉਹ ਜਿਹੜਾ ਸੀਗਾ ਗੁਰਦਾਸ ਸਿੰਘ ਤੂਰ, ਉਹ ਲੱਗਾ ਹੋਇਆ ਸੀ, ਹੰਸਰਾਜ ਲੱਗਾ ਹੋਇਆ ਸੀ, ਸੰਘਰਸ਼ ਕਰਦੇ ਪਏ ਸਨ, ਕੇਸ ਹੀ ਨਹੀਂ ਸੀ ਬਣ ਰਿਹਾ। ਫਿਰ CBI ਇਨਕੁਆਇਰੀ ਹੋਈ, ਬੜੀ ਢਿੱਲ ਮੱਠ ਗਈ ਸੀਗੀ ਕਈ ਮਾਮਲਿਆਂ ਚ, CBI ਵੀ ਕਈ ਵਾਰ ਸ਼ੱਕ ਦੇ ਦਾਇਰੇ ਚ ਆ ਜਾਂਦੀ ਹੈ। ਪਰ ਹੁਣ ਕੁੱਲ ਮਿਲਾ ਕੇ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਾਫ਼ ਹੋ ਗਈਆਂ ਕਿ ਇਹ ਮਸਲਾ ਜਿਹੜਾ ਉਹ ਚਾਰਜਸ਼ੀਟ ਤੱਕ ਪਹੁੰਚ ਗਿਆ। ਇਹਦਾ ਮਤਲਬ ਇਹ ਆ ਕਿ ਹੁਣ ਇੱਕ ਕੇਸ ਹੋਰ ਤਿਆਰ ਆ, ਦੋ ਕਤਲਾਂ ਦੇ ਕੇਸ ਚੱਲਦੇ ਪਏ, ਤੀਸਰਾ ਇਹ ਚਾਰਜਸ਼ੀਟ ਦੇ ਰੂਪ ਦੇ ਵਿੱਚ, ਦੋ ਹਾਈ ਕੋਰਟ ਦੇ ਵਿੱਚ ਜਿਹੜੇ ਬਲਾਤਕਾਰਾਂ ਦੇ ਉਹ ਪੈਂਡਿੰਗ ਪਏ ਆ, ਯਾਨੀ ਉਹਨਾਂ 'ਚ ਸਜ਼ਾ ਹੋਈ ਗਈ ਆ। ਕੁੱਲ ਮਿਲਾ ਕੇ ਅਸੀਂ ਕਹਿ ਸਕਦੇ ਹਾਂ ਕਿ ਦਰਜਨ ਦੇ ਕਰੀਬ ਇਹਦੇ ਗੁਲਾਮੇ ਗੱਲ 'ਚ ਪਏ ਆ, ਤੇ ਉੱਤੋਂ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਪੰਚਕੂਲੇ ਵਾਲਾ ਹੋਰ ਪੈ ਸਕਦਾ। ਹੁਣ ਇਹਨੂੰ ਬਾਬੇ ਨੂੰ ਇਹਦੇ ਪੈਰੋਕਾਰ ਜਾ ਕੇ ਕਹਿਣਾ ਕਿ ਬਾਬਾ ਜੀ ਹੁਣ ਤੁਸੀਂ ਜੇਲ੍ਹ ਨਾਲ ਸਮਝੌਤਾ ਕਰ ਲਓ ਕਿ ਚੰਗਾ ਹੀ ਆ, ਪਰ ਉਹ ਸ਼ਾਇਦ ਅੱਗੋਂ ਕਹੇਗਾ ਕਿ ਕੋਸ਼ਿਸ਼ ਤਾਂ ਰੋਜ਼ ਕਰਤੇ ਹੈ ਕਿ ਵਕਤ ਸੇ ਸਮਝੌਤਾ ਕਰ ਲੇ, ਕਮ ਵਕਤ ਦਿਲ ਕੇ ਕੋਨੇ ਮੇਂ ਛੁਪੀ ਉਮੀਦ ਮਾਨਤੀ ਹੀ ਨਹੀਂ। ਉਮੀਦ ਹੋਏਗੀ ਪਰ ਉਮੀਦ ਦੀ ਡਗਰ ਹੈ ਜਿਹੜੀ ਉਹ ਸੁਖਾਲੀ ਨਹੀਂ ਹੋਏਗੀ। ਜੀ ਜੀ, ਤੇ ਜਾਂਦੇ ਜਾਂਦੇ ਮਿੰਟੋ ਜੀ ਗੱਲ ਕਰ ਲਈਏ, ਜੈਤੋਂ ਖੁਦਕੁਸ਼ੀ ਕਾਂਡ ਵਿੱਚ ਕੁੜੀਆਂ ਨੇ ਲਾਏ ਭਾਰੀ ਤਸ਼ੱਦਦ ਕਰਨ ਦੇ ਦੋਸ਼। ਦੇਖੋ ਇਹ ਜੈਤੋਂ ਖੁਦਕੁਸ਼ੀ ਕਾਂਡ ਹੈ ਜਿਹੜਾ, ਉਹ DSP ਦੀ ਖੁਦਕੁਸ਼ੀ ਨਾਲ ਜੁੜਿਆ ਮਸਲਾ ਜੀ। ਇਹਦੇ ਵਿੱਚ ਹੋਇਆ ਕੀ ਸੀਗਾ ਕਿ ਜਦੋਂ ਉਹ DSP ਸਾਹਿਬ ਖੁਦਕੁਸ਼ੀ ਕਰ ਗਏ, ਉਸ ਤੋਂ ਬਾਅਦ ਜਿਹੜੀਆਂ ਮੌਕੇ ਤੇ ਉੱਥੇ ਪ੍ਰਦਰਸ਼ਨ ਕਰਦੀਆਂ ਸੀ ਕੁਛ ਕੁੜੀਆਂ, ਉਹਨਾਂ ਨੂੰ ਹਿਰਾਸਤ 'ਚ ਲਿਆ ਗਿਆ। ਦੋ ਤਿੰਨ ਕੁੜੀਆਂ ਤੇ ਕਾਫੀ ਜ਼ਿਆਦਾ ਤਸ਼ੱਦਦ ਹੋਇਆ ਤੇ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਦੇ ਵਿੱਚ ਦਾਖਲ ਵੀ ਕਰਵਾਉਣਾ ਪਿਆ, ਉਹ ਛੁੱਟੀ ਲੈ ਕੇ ਆਈਆਂ ਨੇ। ਅੱਜ ਮੀਡੀਆ ਦੇ ਮੁਖਾਤਬ ਹੋ ਕੇ ਉਹਨਾਂ ਨੇ ਆਪਣੇ ਜ਼ਖਮ ਦਿਖਾਏ ਆ। ਵਾਕਿਆ ਤਸਵੀਰਾਂ ਵੇਖ ਕੇ ਨਾ ਮਨ ਨੂੰ ਹੌਲ ਪੈਂਦੇ ਆ ਕਿ ਇਹਨਾਂ ਨੇ ਕੁੜੀਆਂ ਚਿੜੀਆਂ ਜਿਹਨਾਂ ਨੂੰ ਆਪਾਂ ਫੁੱਲ ਕਹਿੰਦੇ ਹਾਂ, ਜਿਹਨਾਂ ਨੂੰ ਬਹੁਤ ਮਾਸੂਮ ਕਹਿੰਦੇ, ਕਲੀਆਂ ਕਹਿੰਦੇ ਆ, ਇਹਨਾਂ ਨੇ ਮਾੜਾ ਮੋਟਾ ਵਿਆਜ ਨਹੀਂ ਕੀਤਾ। ਦੂਜੀ ਚੀਜ਼ ਹੁਣ ਦੇਖੋ ਇਸ ਮਸਲੇ ਦੀ ਇਹ ਆ ਕਿ ਇਹ ਮਸਲਾ ਸ਼ੁਰੂ ਹੀ ਇਸ ਗੱਲ ਤੋਂ ਹੋਇਆ ਸੀਗਾ ਕਿ ਕੁਛ ਕੁੜੀਆਂ ਨੂੰ ਹਿਰਾਸਤ 'ਚ ਲਿਆ ਗਿਆ ਸੀਗਾ, ਔਰ ਲਗਿਆ ਸੀਗਾ ਇੱਕ ਥਾਣੇਦਾਰ। ਜਦੋਂ ਉਹਨਾਂ ਕੁੜੀਆਂ ਨੂੰ ਹਿਰਾਸਤ 'ਚ ਲਿਆ ਸੀਗਾ, ਤਿੰਨ ਜਾਣੇ ਸੀਗੇ, ਦੋ ਵਿੱਚੋਂ ਕੁੜੀਆਂ ਸੀ, ਤਾਂ ਦੱਸਦੇ ਆ ਕਿ ਜਿਸ ਸਮੇਂ ਹਿਰਾਸਤ 'ਚ ਲਿਆ ਉਸ ਥਾਣੇਦਾਰ ਨੇ ਇੱਕ ਲੇਡੀ ਕਾਂਸਟੇਬਲ ਵੀ ਨਾਲ ਨਹੀਂ ਸੀ ਬੋਲੀ, ਮਤਲਬ ਕਿ ਮਰਦਾਨਾ ਪੁਲਿਸ ਨੇ ਉਹਨਾਂ ਨੂੰ ਹਿਰਾਸਤ 'ਚ ਲਿਆ ਸੀਗਾ। ਉੱਥੋਂ ਰੌਲਾ ਪਿਆ, ਪੇਰੈਂਟਸ ਆਏ, DSP ਸਾਹਿਬ ਬੰਦੇ ਚੰਗੇ ਸਨ, ਉਹਨਾਂ ਨੇ ਆਖਿਆ ਕਿ ਜੀ ਗਲਤੀ 'ਚ ਕੀਤੀ ਹੈ ਸਾਡੇ ਥਾਣੇਦਾਰ ਕੰਬਖਤ ਨੇ, ਚਲੋ ਕੋਈ ਗੱਲ ਨਹੀਂ ਆਪਾਂ ਨਿਬੇੜਾ ਕਰ ਦਿੰਦੇ ਹਾਂ। ਉਹਨੇ ਪੇਰੈਂਟਸ ਨੂੰ ਕਿਹਾ ਕਿ ਮੈਂ ਉਹਦੇ ਤੋਂ ਖਿਮਾ ਯਾਚਨਾ ਕਰਾ ਦਿੰਦਾ। ਇਹ ਥਾਣੇਦਾਰ
ਰੱਖੀ ਮੀਟਿੰਗ ਦੇ ਵਿੱਚ ਉੱਥੇ ਬੋਲਿਆ ਹੀ ਨਹੀਂ, ਫਿਰ ਦੂਜੀ ਮੀਟਿੰਗ ਰੱਖੀ ਗਈ, ਫਿਰ ਨਹੀਂ ਉੱਥੇ ਗਿਆ, ਹੁਕਮਦੁੱਲੀ ਕਰਦਾ ਰਿਹਾ। ਡੀਐਸਪੀ ਇਹਦੇ ਤੋਂ ਬਹੁਤ ਜ਼ਿਆਦਾ ਸਤਿਆ ਪਿਆ ਸੀ। ਉਹਦਾ ਕਾਰਨ ਸੀ 2012 ਦੇ ਵਿੱਚ ਇਹੋ ਹੀ ਥਾਣੇਦਾਰ ਭ੍ਰਿਸ਼ਟਾਚਾਰ ਆਪਣੀਆਂ ਜਿਹੜੀਆਂ ਇਹਦੀਆਂ ਤਾਕਤਾਂ ਹੁੰਦੀਆਂ ਉਹਦੀ ਦੁਰਵਰਤੋਂ ਕਰਨ ਦੇ ਦੋਸ਼ ਹੇਠ, ਫੇਕ ਪਾਸਪੋਰਟ ਦੇ ਦੋਸ਼ ਹੇਠ, ਜਾਲਸਾਜ਼ੀ ਦੇ ਦੋਸ਼ ਹੇਠ ਬਰਖਾਸਤ ਕਰ ਦਿੱਤਾ ਗਿਆ ਸੀਗਾ। ਪਰ ਦੱਸਦੇ ਆ ਕਿ ਇਹਦੇ ਸਿਰ ਤੇ ਇੱਕ ਅਫਸਰ ਖੜਾ ਸੀਗਾ, ਇਹਨੇ ਨੂੰ ਫੇਰ ਨੌਕਰੀ ਚ ਲਿਆਂਦਾ। ਦੇਖ ਲਓ ਕਿ ਬਰਖਾਸਤ ਹੋਇਆ ਥਾਣੇਦਾਰ, ਫੇਰ ਨੌਕਰੀ ਚ ਚੜ ਗਿਆ। ਔਰ ਇਸੇ ਕਰਕੇ ਪ੍ਰਵਾਹ ਨਹੀਂ ਸੀ ਕਰਦਾ। ਪਹਿਲਾ ਗੁਨਾਹ ਇਹਨੇ ਇਹ ਕੀਤਾ ਕਿ ਜਿਸ ਦਿਨ ਉਹ ਕੁੜੀਆਂ ਹਿਰਾਸਤ ਚ ਲਈਆਂ ਕੋਈ ਲੇਡੀ ਕਾਂਸਟੇਬਲ ਨਾਲ ਨਹੀਂ ਗਿਆ। ਦੂਜਾ ਗੁਨਾਹ ਇਹਨੇ ਇਹ ਕੀਤਾ ਕਿ ਪੇਰੈਂਟਸ ਮੀਟਿੰਗ ਦੇ ਵਿੱਚ ਨਹੀਂ ਗਿਆ, ਹੁਕਮਦੁੱਲੀ ਕੀਤੀ। ਤੀਸਰਾ ਇਹ ਕੀਤਾ ਕਿ ਜਦੋਂ ਸਪੋਟ ਤੇ ਡੀਐਸਪੀ ਪਹੁੰਚਿਆ, ਇਹਦਾ ਫਰਜ਼ ਬਣਦਾ ਸੀ, ਇਹ ਉੱਥੇ ਵੀ ਨਹੀਂ ਗਿਆ। ਜਦੋਂ ਹਾਲਾਤ ਇਦਾਂ ਦੇ ਬਣ ਗਏ ਤੇ ਦੇਖ ਲਓ ਹੁਣ ਕਿ ਡੀਐਸਪੀ ਤਾਂ ਵਿਚਾਰਾ ਇਸ ਸੰਸਾਰ ਚ ਰਿਹਾ ਹੀ ਨਹੀਂ ਗਾ, ਅਸੀਂ ਉਹਨੂੰ ਤੇ ਸਵਾਲ ਜਵਾਬ ਕਰ ਨਹੀਂ ਸਕਦੇ। ਹੁਣ ਵੀ ਅਸੀਂ ਦੇਖਦੇ ਪਏ ਕਿ ਇਸ ਥਾਣੇਦਾਰ ਨੂੰ ਬਚਾ ਲਿਆ ਗਿਆ, ਇਹਨੂੰ ਬਦਲ ਕੇ ਉੱਥੋਂ ਤਬਦੀਲ ਕਰਕੇ ਕਿਸੇ ਹੋਰ ਥਾਣੇ ਚ ਕਰ ਦਿੱਤਾ ਗਿਆ। ਕਾਰਵਾਈ ਕੋਈ ਨਹੀਂ ਕੀਤੀ ਗਈ, ਜਦਕਿ ਜ਼ਿੰਮੇਵਾਰ ਜੇ ਕੁੜੀਆਂ ਗਿਣਦੇ ਆ ਕਿ ਇਹਨਾਂ ਦੇ ਕਰਕੇ ਡੀਐਸਪੀ ਮਰਿਆ, ਤੇ ਫਿਰ ਸਭ ਤੋਂ ਵੱਡਾ ਜ਼ਿੰਮੇਵਾਰ ਤੇ ਉਹ ਥਾਣੇਦਾਰ ਵੀ ਬਣਦਾ, ਜਿਹਨੇ ਨਾ ਸਿਰਫ ਹੁਕਮ ਅਦੁੱਲੀ ਕੀਤੀ ਬਲਕਿ ਕਾਨੂੰਨ ਵੀ ਤੋੜਿਆ। ਇੱਥੋਂ ਤੱਕ ਕਿ ਜ਼ਿੰਮੇਵਾਰ ਤੇ ਫਿਰ ਉਹ ਅਫਸਰ ਵੀ ਬਣਦਾ ਜਿਹੜਾ ਇਹੋ ਜਿਹੇ ਕੰਬਖਤ ਬੰਦੇ ਨੂੰ ਬਚਾਉਂਦਾ ਰਿਹਾ। ਸੋ ਇਹ ਸਾਰਾ ਜਿਹੜਾ ਮਾਮਲਾ ਨਾ ਉਲਝਦਾ ਜਾ ਰਿਹਾ। ਪਰ ਜਿਹੜਾ ਬੰਦਾ ਇਸ ਸਾਰੀ ਘਟਨਾਕ੍ਰਮ ਦਾ ਮੁੱਢ ਬਣ ਕੇ ਗਿਆ, ਉਹਨੂੰ ਮੁੱਢੋਂ ਹੀ ਬਚਾਇਆ ਜਾ ਰਿਹਾ, ਇਹ ਸਭ ਤੋਂ ਵੱਡਾ ਪਹਿਲੂ ਆ। ਪਰ ਜੋ ਆਹ ਤਸਵੀਰ ਸਾਹਮਣੇ ਆਈ ਹੈ ਕਿ ਕੁੜੀਆਂ ਤੇ ਟੋਰਚਰ ਹੋਇਆ, ਇਹਦੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ। ਹਿਊਮਨ ਰਾਈਟਸ ਨੂੰ ਵੀ ਇਹਦਾ ਲੈਣਾ ਚਾਹੀਦਾ ਨੋਟਿਸ। ਔਰ ਜਿਹੜਾ ਸਾਡਾ ਇੱਥੋਂ ਦਾ ਮਹਿਲਾਵਾਂ ਦਾ ਆਡਿਆ, ਬੀਬੀਆਂ ਦਾ ਆਡਿਆ ਕਮਿਸ਼ਨ, ਉਹਨਾਂ ਨੂੰ ਵੀ ਨੋਟਿਸ ਲੈਣਾ ਚਾਹੀਦਾ। ਸੋ ਇਹਨਾਂ ਤੇ ਕਾਰਵਾਈ ਕਰਨੀ ਚਾਹੀਦੀ ਹੈ। ਔਰ ਕਾਰਵਾਈਆਂ ਤੋਂ ਪਹਿਲਾਂ, ਸਭ ਤੋਂ ਪਹਿਲਾਂ ਉਸ ਥਾਣੇਦਾਰ ਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਹਨੇ ਇਸ ਸਾਰੀ ਘਟਨਾ ਦਾ, ਮੱਧਭਾਗੀ ਘਟਨਾ ਦਾ ਮੁੱਢ ਬੰਨ ਕੇ ਰੱਖ ਦਿੱਤਾ। ਜੀ ਜੀ ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਜੇ ਸਰੋਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ, ਮਿਲਾਂਗੇ ਅਗਲੇ ਬੁਲੇਟਿਨ 14 ਤੱਕ ਲਈ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਨ ਨਿੱਗੀ ਜੀ, ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ।